ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਸੋ ਅੱਜ ਦਾ ਸ਼ੋਅ, ਅੱਜ ਦਾ ਪ੍ਰੋਗਰਾਮ ਖਾਸ ਤੌਰ 'ਤੇ ਲੈ ਕੇ ਆਏ ਹਾਂ ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ। ਸੋ ਪੰਜਾਬ ਦਾ ਕਿਸਾਨ ਜਿਹੜਾ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਹੈਗਾ, ਸੋ ਉਹ ਕਿਸਾਨ ਜਿਹੜਾ ਕਿ ਹੁਣ ਇੰਨੀਆਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ ਕਿ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਅਸੀਂ ਤੁਹਾਡੇ ਸਾਹਮਣੇ ਨਾਮ ਲਈਏ। ਸੋ ਸਿੱਖ ਚੈਨਲ ਏਡ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਇਹਨਾਂ ਕਿਸਾਨਾਂ ਦੀ ਬਾਂਹ ਫੜਨ ਦਾ, ਇਹਨਾਂ ਕਿਸਾਨਾਂ ਦੀ ਮਦਦ ਕਰਨ ਦਾ। ਸੋ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਇਹਦੇ ਤਹਿਤ ਜਿਹੜੇ ਕਿਸਾਨ ਖਾਸ ਤੌਰ 'ਤੇ ਜਿਹੜੇ ਕਰਜ਼ਾ ਲੈਂਦੇ ਹੈਗੇ ਆ ਬੈਂਕਾਂ ਤੋਂ, ਸੋ ਕਰਜ਼ਾ ਲੈਣ ਕਰਕੇ ਸੋ ਜਿਹੜਾ ਕਰਜ਼ਾ ਉਹ ਉਤਾਰ ਨਹੀਂ ਪਾਉਂਦੇ ਅਤੇ ਉਸ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਜਾ ਕੇ ਜਾਂ ਪਰੇਸ਼ਾਨ ਹੋ ਕੇ ਉਹ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰ ਲੈਂਦੇ ਆ, ਅਤੇ ਜਿਹੜੇ ਕਿਸਾਨ ਬਹੁਤ ਮੁਸ਼ਕਲਾਂ ਦੇ ਵਿੱਚੋਂ ਜਿਹੜੇ ਪਰਿਵਾਰ ਗੁਜ਼ਰ ਰਹੇ ਆ, ਕਿਸਾਨ ਪਰਿਵਾਰ, ਉਹਨਾਂ ਕਿਸਾਨ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਅਤੇ ਜਿਹੜਾ ਖੁਦਕੁਸ਼ੀਆਂ ਦਾ ਸਿਲਸਿਲਾ ਹੈਗਾ ਇਹਨੂੰ ਰੋਕਣ ਵਾਸਤੇ ਅਸੀਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈਗਾ ਸਿੱਖ ਚੈਨਲ ਏਡ ਨੇ। ਸੋ ਉਹਦੇ ਤਹਿਤ ਹੀ ਅੱਜ ਇੱਕ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ, ਕਿਉਂਕਿ ਕਈ ਵਾਰੀ ਜਿਹੜੇ ਕਿਸਾਨ ਵੀਰ ਹੁੰਦੇ ਆ ਉਹਨਾਂ ਨੂੰ ਜਾਣਕਾਰੀ ਦੀ ਘਾਟ ਹੋਣ ਕਰਕੇ, ਨੌਲੇਜ ਦੀ ਘਾਟ ਹੋਣ ਕਰਕੇ, ਇਨਫੋਰਮੇਸ਼ਨ ਦੀ ਘਾਟ ਹੋਣ ਕਰਕੇ ਉਹ ਬਹੁਤ ਸਾਰੇ ਐਸੇ ਕਦਮ ਲੈ ਲੈਂਦੇ ਆ ਕਿ ਜਿਨ੍ਹਾਂ ਦੇ ਨਤੀਜੇ ਉਹਨਾਂ ਨੂੰ ਅੱਗੇ ਜਾ ਕੇ ਭੁਗਤਣੇ ਪੈਂਦੇ ਆ। ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਬੈਂਕਾਂ ਦੀ, ਬੈਂਕਾਂ ਤੋਂ ਕਰਜ਼ਾ ਜਿਹੜੇ ਲੈਂਦੇ ਆ ਉਹਦੇ ਬਾਰੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਕਿਵੇਂ ਉਹ ਕਰਜ਼ਾ ਲੈ ਸਕਦੇ, ਕੀ ਕੀ ਸਕੀਮਾਂ ਹੈਗੀਆਂ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਦੂਸਰਾ ਸਭ ਤੋਂ ਵੱਡਾ ਮਸਲਾ ਹੈਗਾ ਜਿਹੜੇ ਕਿਸਾਨ, ਜਿਹੜੇ ਛੋਟੇ ਕਿਸਾਨ ਕਹਿ ਸਕਦੇ ਆ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਹੈਗੀਆਂ, ਸੋ ਉਹ ਕਿਸਾਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਫਸਲ ਬੀਜਣ ਅਤੇ ਉਹਦੀ ਉਹਨਾਂ ਨੂੰ ਆਮਦਨ ਕਿੰਨੀ ਹੋਏਗੀ, ਸੋ ਕਿਹੜੀ ਫਸਲ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਫਾਇਦਾ, ਕਿਹੜੀ ਫਸਲ ਦੇ ਵਿੱਚ ਉਹਨਾਂ ਨੂੰ ਘੱਟ ਫਾਇਦਾ, ਇੰਨੀ ਇਨਫੋਰਮੇਸ਼ਨ ਨਹੀਂ ਹੈਗੀ। ਉਹ ਆਪਦੇ ਪੁਰਖਿਆਂ ਨੂੰ ਫੋਲੋ ਕਰਦੇ ਆ ਰਹੇ ਆ, ਉਹਨਾਂ ਨੂੰ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਆ ਰਹੇ ਆ ਅਤੇ ਉਹੀ ਫਸਲਾਂ ਵਾਰ ਵਾਰ ਬੀਜਦੇ ਆ ਰਹੇ ਆ। ਸੋ ਉਹਨਾਂ ਕਿਸਾਨਾਂ ਦੀ ਵੀ ਅੱਜ ਅਸੀਂ ਗੱਲਬਾਤ ਤੁਹਾਡੇ ਨਾਲ ਕਰਾਂਗੇ। ਅਤੇ ਮੇਰੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਗੁਰਪ੍ਰੀਤ ਕੌਰ। ਗੁਰਪ੍ਰੀਤ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਪ੍ਰੀਤ ਕੌਰ, ਜਿਵੇਂ ਕਿ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਕਿੰਨਾ ਟਾਈਮ ਹੋ ਗਿਆ ਸਾਨੂੰ, ਆਲਮੋਸਟ ਇੱਕ ਮਹੀਨਾ ਹੋ ਗਿਆ ਸਾਨੂੰ ਜਿਹੜੇ ਕਿਸਾਨਾਂ ਦੇ ਅਸੀਂ ਪ੍ਰੋਗਰਾਮ ਕਰਦੇ ਆ ਰਹੇ ਹਾਂ। ਕਈ ਕਿਸਾਨ ਪਰਿਵਾਰ ਜਿਹੜੇ ਕਿ ਸਿੱਖ ਚੈਨਲ ਏ ਟੀਮ ਨੇ ਉੱਥੇ ਜਾ ਕੇ ਕਵਰੇਜ ਵੀ ਕੀਤੀ ਆ, ਉਹਨਾਂ ਪਰਿਵਾਰਾਂ ਦੀ ਮਦਦ ਵੀ ਕੀਤੀ ਆ ਜਾ ਕੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਸੀ ਜਾਂ ਜਿਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਸੀ ਜਾਂ ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ। ਅਸੀਂ ਕਾਫੀ ਸਾਰੇ ਐਸੇ ਪਰਿਵਾਰ ਹੈਗੇ ਜਿਨ੍ਹਾਂ ਦੇ ਉੱਥੇ ਜਾ ਕੇ ਉਹਨਾਂ ਦੀ ਇਸ ਤਰੀਕੇ ਦੀ ਮਦਦ ਕੀਤੀ ਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਅਸੀਂ ਖਾਸ ਤੌਰ 'ਤੇ ਲੈ ਕੇ ਆਏ ਅਵੇਅਰਨੈਸ ਪ੍ਰੋਗਰਾਮ, ਜਿਹੜਾ ਕਿ ਕਿਸਾਨਾਂ ਦੀ ਅਸੀਂ ਕਿਵੇਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ, ਕਿਉਂਕਿ ਜਿਵੇਂ ਪੰਜਾਬ ਸਰਕਾਰ ਨੇ, ਗੁਰਪ੍ਰੀਤ ਸਾਨੂੰ ਸਾਰਿਆਂ ਨੂੰ ਪਤਾ, ਪੰਜਾਬ ਸਰਕਾਰ ਨੇ ਜਦੋਂ ਉਹ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਸਾਰਿਆਂ ਦੇ ਨਾਲ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ, ਕਰਜ਼ਾ ਮੁਕਤ ਕਰ ਦਿਆਂਗੇ ਪੰਜਾਬ ਨੂੰ, ਪਰ ਫਿਰ ਵੀ ਜਿਹੜੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਹੈਗਾ, ਸੁਈਸਾਈਡ ਸਿਲਸਿਲਾ ਹੈਗਾ, ਇਹ ਲਗਾਤਾਰ ਚੱਲਦਾ ਆ ਰਿਹਾ, ਇਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਥੰਮਣ ਦਾ ਨਾਂ ਨਹੀਂ ਲੈ ਰਿਹਾ। ਸੋ ਇਸ ਸਿਲਸਿਲੇ ਨੂੰ ਅਸੀਂ ਜੇ ਇਕੱਲਾ ਸਰਕਾਰ 'ਤੇ ਛੱਡ ਦਿੰਦੇ ਹਾਂ ਤਾਂ ਜਿਹੜਾ ਸਰਕਾਰ ਹੈਗੀ ਆ ਉਹ ਇਹ ਗੱਲ ਨਹੀਂ ਬਣਦੀ, ਕਿਉਂਕਿ ਸਾਨੂੰ ਆਪ ਵੀ ਇਹਦੇ ਵਾਸਤੇ ਕੋਈ ਨਾ ਕੋਈ ਹੰਭਲਾ ਮਾਰਨਾ ਪੈਣਾ, ਕੋਈ ਨਾ ਕੋਈ ਕਦਮ ਚੁੱਕਣਾ ਪੈਣਾ, ਤਾਂ ਜੋ ਅਸੀਂ ਜੇ ਅਸੀਂ ਅੱਜ ਆਪਣੇ ਪੈਰਾਂ 'ਤੇ ਖੜ੍ਹੇ ਹੈਗੇ ਹਾਂ ਤਾਂ ਸਾਨੂੰ ਉਹਨਾਂ ਪਰਿਵਾਰਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੇ ਉਹ ਕਿਸਾਨ ਮੰਦਹਾਲੀ ਦੇ ਵਿੱਚੋਂ ਲੰਘ ਰਹੇ ਆ। ਸੋ ਗੁਰਪ੍ਰੀਤ, ਤੁਸੀਂ ਕੀ ਕਹਿਣਾ ਚਾਹੋਗੇ? ਉਸ ਤੋਂ ਬਾਅਦ ਅਸੀਂ ਇੱਕ ਕਾਲ ਵੀ ਲਵਾਂਗੇ ਸਾਡੇ ਜਿਹੜੇ ਬੈਂਕ ਜਿਹੜੀ ਅਸੀਂ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਬੈਂਕਾਂ ਦੇ ਕਰਜ਼ਿਆਂ ਬਾਰੇ, ਸੋ ਉਹਦੇ ਬਾਰੇ ਥੋੜ੍ਹਾ ਵਿਸਤਾਰ ਦੇ ਵਿੱਚ ਜਾਣਕਾਰੀ ਲਵਾਂਗੇ ਇੱਕ ਉੱਥੇ ਬੈਂਕ ਦੇ ਇੱਕ ਇੰਪਲੋਈ ਦੇ ਨਾਲ ਗੱਲਬਾਤ ਕਰਕੇ। ਸੋ ਹੁਣ ਗੁਰਪ੍ਰੀਤ ਕੌਰ, ਤੁਸੀਂ ਵੀ ਥੋੜ੍ਹਾ ਦੱਸੋ ਕਿ ਕੀ ਸਾਡੇ ਮਸਲੇ ਹੈਗੇ ਆ ਅਤੇ ਕਿਵੇਂ ਅਸੀਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ। ਪਹਿਲਾਂ ਤਾਂ ਮੈਂ ਕਹੂੰਗੀ ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਵੱਲੋਂ ਵੀ ਉਹਨਾਂ ਦੇ ਆਪਣੇ ਜਿਹੜੇ ਸਟੈਪਸ ਹੈ ਉਹ ਚੁੱਕੇ ਜਾ ਰਹੇ ਹੈਗੇ ਆ ਡੈਫੀਨੇਟਲੀ, ਪਰ ਜਿਹੜਾ ਸਰਕਾਰ ਕਰ ਸਕਦੀ ਆ ਉਹ ਸ਼ੋਰਟ ਟਰਮ ਪਲੈਨਿੰਗ ਦੇ ਨਾਲ ਹੁਣ ਤੱਕ ਜਿੰਨੇ ਵੀ ਉਹਨਾਂ ਨੇ ਸਟੈਪਸ ਲਿੱਤੇ ਨੇ, ਜਿੰਨਾ ਕਿ ਇੱਦਾਂ ਦੀ ਕੋਆਪਰੇਟਿਵ ਸਕੀਮਸ ਕੱਢੀ ਸੀਗੀ ਥਰੂ ਬੈਂਕ ਕਿ ਜਿਹੜੇ ਫਾਰਮਰਸ ਹੈਗੇ ਉਹਨਾਂ ਦਾ ਲੋਨ ਅਸੀਂ ਮਾਫ਼ ਕਰ ਦਾਂਗੇ ਜੇ ਉਹ ਪੇ ਨਹੀਂ ਕਰ ਸਕਦੇ। ਇੱਕ ਟਾਈਮ ਸਕੇਲ ਦਿੱਤਾ ਹੋਇਆ ਸੀ ਕਿ ਜੇ ਇੰਨੇ ਟਾਈਮ ਤੱਕ ਕਿ ਤੱਕ ਉਹ ਪੇ ਨਹੀਂ ਕਰ ਸਕਦੇ ਤਾਂ ਅਸੀਂ ਉਹਨਾਂ ਦਾ ਦੇਅਰ ਲੋਨਸ ਊ ਬੀ ਰਿਟਨ ਆਫ, ਬਟ ਉਹਦੇ ਵਿੱਚ ਇੱਕ ਆਹ ਪ੍ਰੋਬਲਮ ਆ ਗਈ ਹੈਗੀ ਹੈ ਕਿ ਕਾਫੀ ਟਰਮਸ ਐਂਡ ਕੰਡੀਸ਼ਨਸ ਅਪਲਾਈ ਹੁੰਦੀਆਂ ਨੇ ਇਹਨਾਂ ਲੋਨਾਂ ਦੇ ਵਿੱਚ ਕਿ ਜੇ ਫਾਰਮਰਸ ਇਹ ਸਾਰੀ ਟਰਮਸ ਐਂਡ ਕੰਡੀਸ਼ਨਸ ਮੀਟ ਕਰਦੇ ਨੇ ਤਾਂ ਹੀ ਉਹ ਉਹਨਾਂ ਦਾ ਜਿਹੜਾ ਲੋਨ ਹੈ ਉਹ ਮਾਫੀ ਹੋ ਸਕਦੀ ਹੈਗੀ ਆ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਜਿਹੜੇ ਵੀ ਫਾਰਮਰਸ ਹੁੰਦੇ ਆ ਜਿੱਦਾਂ ਸਮਾਲ ਸਕੇਲ ਫਾਰਮਰਸ ਹੈਗੇ ਆ, ਨਾ ਉਹਨਾਂ ਦੇ ਕੋਲ
ਕੋਲ 19 ਜ਼ਮੀਨ ਹੁੰਦੀ ਹੈ ਜਿੰਨਾ ਕਿ ਉਹਨਾਂ ਟਰਮਸ ਐਂਡ ਕੰਡੀਸ਼ਨ 'ਚ ਰਿਕੁਆਇਰਮੈਂਟ ਹੈਗੀ ਹੈ ਨਾ ਉਹਨਾਂ ਦੇ ਕੋਲ ਇੱਦਾਂ ਦੀ ਫੈਸਿਲਿਟੀਜ਼ ਹੈਗੀਆਂ ਨੇ ਤੋ ਸਰਕਾਰ ਦੀ ਜਿਹੜੀ ਸਕੀਮਸ ਹੈਗੀ ਆ ਉਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਗਲਿਚ ਹੈਗਾ ਆ ਕਿ ਇੰਨੀ ਵੱਡੀ ਜ਼ਮੀਨ ਹੋਏਗੀ ਤਾਂ ਹੀ ਅਸੀਂ ਕੰਸਿਡਰ ਕਰ ਸਕਦੇ ਹਾਂ ਬਟ ਇੱਦਾਂ ਨਹੀਂ ਹੈਗਾ ਕਿ ਸਿਰਫ ਜਿਹੜੇ ਵੱਡੇ ਜ਼ਮੀਨਾਂ ਵਾਲੇ ਫਾਰਮਰਸ ਹੈ ਸਿਰਫ ਉਹਨਾਂ ਦੀ ਕੋਲ ਹੀ ਜ਼ਿਆਦਾ ਪ੍ਰੋਬਲਮ ਹੈ ਕਿ ਉਹਨਾਂ ਦੀ ਵੱਡੀ ਜ਼ਮੀਨ ਹੈ ਤਾਂ ਹੀ ਉਹ ਚੁਕਾ ਨਹੀਂ ਸਕਦੇ ਸਮਾਲ ਸਕੇਲ ਫਾਰਮਰਸ ਦੀ ਵੀ ਇਹ ਪ੍ਰੋਬਲਮ ਹੈਗੀ ਆ ਤਾਂ ਹੀ ਜੇ ਤੁਸੀਂ ਸੁਸਾਈਡ ਰੇਟ ਵੀ ਦੇਖੇਂਗੇ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਜਿਹੜੇ ਜਿਹਨਾਂ ਦੇ ਕੋਲ ਘੱਟ ਜ਼ਮੀਨਾਂ ਹੈਗੀਆਂ ਨੇ ਉਹ ਸੁਸਾਈਡ ਕਮਿਟ ਕਰਦੇ ਹੈਗੇ ਆ ਹੁਣ ਪੰਜਾਬ ਗਵਰਨਮੈਂਟ ਜਿਹੜਾ ਲੋਕ ਸਭਾ ਦੇ ਸੈਸ਼ਨ ਹੁਣ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਗਵਰਨਮੈਂਟ ਨੇ ਆਪਣਾ ਇੱਕ ਡੇਟਾ ਸ਼ੇਅਰ ਕੀਤਾ ਆ ਐਕਸਪਲੋਇਟੇਸ਼ਨ ਆਫ ਗਰਾਊਂਡ ਵਾਟਰ ਲੈਵਲ ਅਤੇ ਉਹਦੇ ਵਿੱਚ ਪੰਜਾਬ ਸਭ ਤੋਂ ਟੋਪ 'ਤੇ ਲਿਸਟ ਦੇ ਵਿੱਚ ਆਇਆ ਹੈਗਾ ਸਭ ਤੋਂ ਜ਼ਿਆਦਾ ਓਵਰ ਐਕਸਪਲੋਇਟ ਕਰਤਾ ਆ ਉਹਨਾਂ ਨੇ ਜਿਹੜਾ ਗਰਾਊਂਡ ਵਾਟਰ ਹੈਗਾ ਆ 75% ਓਵਰ ਐਕਸਪਲੋਇਟੇਸ਼ਨ ਹੁੰਦਾ ਆ 75,000 acres ਲੈਂਡ ਜਿਹੜਾ ਆ ਪੰਜਾਬ ਦੇ ਵਿੱਚ ਉੱਥੇ ਪਾਣੀ ਦੀ ਹੁਣ ਬਹੁਤ ਜ਼ਿਆਦਾ ਘਾਟ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਉਹਨੂੰ ਜ਼ਿਆਦਾ ਯੂਜ਼ ਓਵਰ ਯੂਜ਼ ਜਿਹਨੂੰ ਕਹਿੰਦੇ ਆ ਐਕਸਪਲੋਇਟ ਕਰਤਾ ਇੱਕ ਸੋ ਮੇਨਲੀ ਗੱਲ ਇਹ ਆ ਗੁਰਪ੍ਰੀਤ ਕਿ ਜ਼ਿਆਦਾਤਰ ਕੀ ਹੁੰਦਾ ਕਿ ਜਿਵੇਂ ਹੁਣ ਗੁਰਪ੍ਰੀਤ ਨੇ ਦੱਸਿਆ ਕਿ ਜਿਹੜਾ ਓਵਰ ਐਕਸਪਲੋਇਟੇਸ਼ਨ ਕਰਤੀ ਹੈਗੀ ਆ ਪਾਣੀ ਦੀ ਸੋ ਇਹ ਕਿਉਂ ਹੋਇਆ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀਗੀ ਆਪਾਂ ਇਹ ਕਹਿ ਸਕਦੇ ਉਹਨਾਂ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ ਕਿ ਉਹ ਇਹ ਚਾਹੁੰਦੇ ਹੋਣ ਕਿ ਭਵਿੱਖ ਦੇ ਵਿੱਚ ਸਾਡੇ ਜਿਹੜੇ ਬੱਚੇ ਹੈਗੇ ਉਹ ਸਫ਼ਰ ਕਰਨ ਭਵਿੱਖ ਦੇ ਵਿੱਚ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਕਿ ਪਾਣੀ ਦੀ ਕਿੱਲਤ ਹੋ ਜੇ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਸੀ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਇਸ ਕਰਕੇ ਉਹਨਾਂ ਨੂੰ ਜਿੱਦਾਂ ਠੀਕ ਲੱਗਿਆ ਉਹ ਕਰੀ ਗਏ ਆ ਉਹ ਉਹਨਾਂ ਨੂੰ ਜੋ ਜ਼ਮੀਨ ਜੋ ਫਸਲ ਠੀਕ ਲੱਗੀ ਉਹਨਾਂ ਨੇ ਬੀਜੀ ਹੈਗੀ ਆ ਜੋ ਉਹਨਾਂ ਨੂੰ ਲੱਗਿਆ ਹੈਗਾ ਕਿ ਇਹਦੇ ਵਿੱਚ ਸਾਨੂੰ ਫਾਇਦਾ ਹੋਊਗਾ ਜਾਂ ਕਿੱਦਾਂ ਵੀ ਹੋਊਗਾ ਉਹਨਾਂ ਨੇ ਉਹ ਕੀਤਾ ਸੋ ਮੇਨਲੀ ਗੱਲ ਇਹ ਆਉਂਦੀ ਆ ਕਿ ਸਿੱਖ ਚੈਨਲ ਏਡ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਹੈਗਾ ਸਿਰਫ ਉਹਨਾਂ ਕਿਸਾਨਾਂ ਦੀ ਮਦਦ ਕਰਨ ਦਾ ਨਹੀਂ ਹੈਗਾ ਉਹਨਾਂ ਨੂੰ ਅਵੇਅਰ ਕਰਨ ਦਾ ਵੀ ਹੈਗਾ ਸੋ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਅਵੇਅਰਨੈਸ ਦੀ ਲੋੜ ਹੈਗੀ ਆ ਸੋ ਹੁਣ ਸਾਡੇ ਨਾਲ ਕਾਲ 'ਤੇ ਵੀ ਜੋੜ ਚੁੱਕੇ ਨੇ ਸਾਡੇ ਜਿਹੜੇ ਬੈਂਕ ਤੋਂ ਵੀ ਉਹਨਾਂ ਤੋਂ ਵੀ ਅਸੀਂ ਇਨਫੋਰਮੇਸ਼ਨ ਲਵਾਂਗੇ ਕਿ ਬੈਂਕਾਂ ਦੀਆਂ ਕਿਹੜੀਆਂ ਕਿਹੜੀਆਂ ਸਕੀਮਾਂ ਹੁੰਦੀਆਂ ਕਿ ਜਿਹੜਾ ਕਰਜ਼ਾ ਮਿਲਦਾ ਹੈਗਾ ਕਿਸਾਨਾਂ ਨੂੰ ਬੈਂਕਾਂ ਤੋਂ ਕੋਆਪਰੇਟਿਵ ਬੈਂਕਾਂ ਤੋਂ ਕਿੰਨੀ ਤਰ੍ਹਾਂ ਦਾ ਕਰਜ਼ਾ ਹੁੰਦਾ ਸੋ ਕਿਹੜੇ ਜਿੱਦਾਂ ਹੁਣ ਮੰਨ ਲਓ ਕਈ ਆਪਦੇ ਸੰਦਾਂ 'ਤੇ ਉੱਪਰ ਖਰਚਾ ਕਰਜ਼ਾ ਲੈ ਲੈਂਦੇ ਜਿਵੇਂ ਟਰੈਕਟਰ ਲੈਣਾ ਕਿਸੇ ਨੇ ਕੋਈ ਹੋਰ ਸੰਦ ਲੈਣਾ ਹੈਗਾ ਕੋਈ ਆਪਣੇ ਘਰ ਦੇ ਉੱਪਰ ਜਾਂ ਕਈ ਤਰ੍ਹਾਂ ਦੇ ਕਰਜ਼ਾ ਜਿਹੜਾ ਉਹਨਾਂ ਨੂੰ ਮਿਲਦਾ ਹੈਗਾ ਸੋ ਉਹ ਕਿੰਨੀ ਤਰ੍ਹਾਂ ਦੇ ਕਰਜ਼ੇ ਹੈਗੇ ਆ ਅਤੇ ਕੀ ਉਹਨਾਂ ਦੀਆਂ ਸਕੀਮਾਂ ਹੈਗੀਆਂ ਅਤੇ ਕਿੰਨਾ ਉਹਨਾਂ ਨੂੰ ਮੋਹਲਤ ਮਿਲ ਸਕਦੀ ਆ ਉਹ ਕਰਜ਼ਾ ਉਤਾਰਨ ਵਾਸਤੇ ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਨੇ ਸੰਤੋਖ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋਖ ਸਿੰਘ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਅੱਜ ਕਾਲ 'ਤੇ ਅਤੇ ਅੱਜ ਤੁਹਾਡੇ ਤੋਂ ਅਸੀਂ ਇਹ ਜਾਣਕਾਰੀ ਕਿਉਂਕਿ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸੋ ਇਹ ਜਿਹੜਾ ਅਵੇਅਰਨੈਸ ਪ੍ਰੋਗਰਾਮ ਹੈਗਾ ਕਿ ਸਿੱਖ ਚੈਨਲ ਏਡ ਨੇ ਉਪਰਾਲਾ ਸ਼ੁਰੂ ਕੀਤਾ ਹੈਗਾ ਇਹਨਾਂ ਸਾਰੇ ਕਿਸਾਨਾਂ ਦੀ ਮਦਦ ਕਰਨ ਦਾ ਸੋ ਇਸ ਉਪਰਾਲੇ ਤਹਿਤ ਖਾਸ ਤੌਰ 'ਤੇ ਗੱਲਬਾਤ ਕਰਦੇ ਹੁੰਦੇ ਹਾਂ ਅਸੀਂ ਅਵੇਅਰਨੈਸ ਦੀ ਕਿਉਂਕਿ ਜਦੋਂ ਬੈਂਕਾਂ ਤੋਂ ਕਰਜ਼ਾ ਲੈਂਦੇ ਆ ਕਿਸਾਨ ਉਹਨਾਂ ਨੂੰ ਕਈ ਵਾਰੀ ਪ੍ਰੋਪਰ ਇਨਫੋਰਮੇਸ਼ਨ ਦੀ ਨਹੀਂ ਮਿਲਦੀ ਜਾਂ ਪ੍ਰੋਪਰ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਸੋ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਜਿਹੜੇ ਕਿਸਾਨ ਕਰਜ਼ਾ ਲੈਂਦੇ ਹੋ ਕਿੰਨੀ ਟਾਈਪ ਦੇ ਕਰਜ਼ੇ ਹੋ ਸਕਦੇ ਹੁੰਦੇ ਜਾਂ ਉਹਨਾਂ ਦੀ ਕੀ ਸਕੀਮਸ ਹੁੰਦੀਆਂ ਹਾਂਜੀ ਤੁਸੀਂ ਇਹ ਜਿਹੜੀ ਗੱਲ ਕਹੀ ਹੈ ਕਿ ਬਹੁਤ ਜ਼ਿਆਦਾ ਉਹਨਾਂ ਦਾ ਨੌਲੇਜ ਨਾ ਹੋਣ ਕਰਕੇ ਉਹਨਾਂ ਨੂੰ ਹੈਲੋ ਜੀ 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 ਹਾਂ ਮੇਰੀ ਆਵਾਜ਼ ਆ ਰਹੀ ਤੁਹਾਨੂੰ ਬਿਲਕੁਲ ਜੀ ਹਾਂਜੀ ਬਿਲਕੁਲ ਹਾਂ ਮੈਂ ਇਹ ਦੱਸਣਾ ਚਾਹੁੰਦਾ ਸੀ ਜਿਸ ਤਰ੍ਹਾਂ ਤੁਸੀਂ ਉਹਨੇ ਕਿਹਾ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਅੱਜ ਕੱਲ੍ਹ ਤੇ ਵੈਸੇ ਕਾਫੀ ਐਜੂਕੇਸ਼ਨ ਹੋ ਗਈ ਇਹਨਾਂ ਦੀ ਵੀ ਲੇਕਿਨ ਫਿਰ ਵੀ ਜਦੋਂ ਇਹਨਾਂ ਨੂੰ ਕਰਜ਼ੇ ਦੀ ਜ਼ਰੂਰਤ ਪੈਂਦੀ ਹੈ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਇਹਨਾਂ ਨੂੰ ਇੰਨਾ ਨੌਲੇਜ ਨਹੀਂ ਹੁੰਦਾ ਕਿ ਅਸੀਂ ਕਿਸ ਪਰਪਸ ਵਾਸਤੇ ਲੋਨ ਲੈ ਕੇ ਸਾਨੂੰ ਉਹਦਾ ਕਿੰਨਾ ਅਮਾਊਂਟ ਮਿਲ ਜਾਏਗਾ ਕਿਵੇਂ ਅਸੀਂ ਯੂਟੀਲਾਈਜੇਸ਼ਨ ਕਰਨਾ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਨੂੰ ਮਿਲਾ ਕੇ ਅਸੀਂ ਪਤਾ ਕਰਨਾ ਹੈ ਕਿ ਸਾਨੂੰ ਕਿੰਨਾ ਕਰਜ਼ਾ ਮਿਲ ਸਕਦਾ ਹੈ ਹੁਣ ਮੈਂ ਸਭ ਤੋਂ ਪਹਿਲਾਂ ਜਿਹੜੀਆਂ ਡਿਫਰੈਂਟ ਟਾਈਪ ਆਫ ਜਿਹੜੀਆਂ ਫੈਸਿਲਿਟੀਜ਼ ਮਿਲਦੀਆਂ ਕਰਜ਼ੇ ਦੀਆਂ ਬੈਂਕਾਂ ਵੱਲੋਂ ਚਾਹੇ ਉਹ ਕੋਆਪਰੇਟਿਵ ਬੈਂਕ ਹੋਵੇ ਤੇ ਚਾਹੇ ਕਮਰਸ਼ੀਅਲ ਬੈਂਕ ਹੋਵੇ ਸਭ ਤੋਂ ਪਹਿਲਾਂ ਤੇ ਇਹ ਡਿਪੈਂਡ ਕਰਦਾ ਹੈ ਕਿ ਉਹ ਜਿਹੜਾ ਕਿਸਾਨ ਹੈ ਉਹਦੀ ਆਪਣੀ ਹੋਲਡਿੰਗ ਆਪਣੀ ਜ਼ਮੀਨ ਕਿੰਨੀ ਹੈ ਜੇ ਅਗਰ ਜ਼ਮੀਨ ਉਹਦੀ 5 ਕਿਲੋ ਤੋਂ ਜ਼ਿਆਦਾ ਹੈ ਤਾਂ ਫਿਰ ਉਹ ਟਰੈਕਟਰ ਵਾਸਤੇ ਵੀ ਅਪਲਾਈ ਕਰ ਸਕਦਾ ਹੈ 5 ਤੋਂ ਆਨਵਰਡ ਪਹਿਲੇ 10 ਹੁੰਦੀ ਸੀ ਅੱਜ ਕੱਲ੍ਹ 5 ਵੀ ਹੋ ਗਈ ਹੋਈ ਹੈ ਲੇਕਿਨ ਗੱਲ ਇਹ ਹੈ ਕਿ ਇੱਕ ਤੇ ਟਰੈਕਟਰ ਲੋਨ ਹੁੰਦਾ ਹੈ ਟਰੈਕਟਰ ਲੋਨ ਤੋਂ ਬਾਅਦ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਮੇਨ ਜਿਹੜੇ ਲੋਨ ਹੁੰਦੇ ਨੇ ਜਿਹੜੇ ਕਿ ਰਿਪੀਟਡਲੀ ਬਾਰ ਬਾਰ ਮਿਲਦੇ ਨੇ ਹਰ 6 ਮਹੀਨੇ ਬਾਅਦ ਮਿਲਦੇ ਨੇ ਉਹ ਹੁੰਦੇ ਨੇ ਉਹਨਾਂ ਨੂੰ ਅਸੀਂ ਕ੍ਰੋਪ ਲੋਨ ਕਹਿੰਦੇ ਹਾਂ ਹਰ ਇੱਕ ਕ੍ਰੋਪ ਜਿੰਨੀ ਅਸੀਂ ਇੱਕ ਕੋਈ ਵੀ ਕ੍ਰੋਪ ਹੈ ਝੋਨਾ ਹੈ ਚਾਹੇ ਉਹ ਮੱਕੀ ਹੈ ਚਾਹੇ ਉਹ ਕਣਕ ਹੈ ਜਾਂ ਹੋਰ ਵੀ ਚੀਜ਼ ਗੇਹੂੰ ਹੈ
ਉਹਦੇ ਵਿੱਚ ਉਹਦੇ ਕੱਲੀ ਕੱਲੀ ਫਸਲ ਵਾਸਤੇ ਉਹਨਾਂ ਨੇ ਪਰ ਏਕੜ ਦੇ ਹਿਸਾਬ ਨਾਲ ਅਮਾਊਂਟ ਰੱਖਿਆ ਹੋਇਆ ਹੈ ਕਿ ਕਣਕ ਵਾਸਤੇ ਪਰ ਏਕੜ ਇੰਨਾ ਅਮਾਊਂਟ ਮਿਲ ਸਕਦਾ ਹੈ, ਤੇ ਝੋਨੇ ਵਾਸਤੇ ਇੰਨਾ ਮਿਲ ਸਕਦਾ ਹੈ, ਮਕਈ ਵਾਸਤੇ ਇੰਨਾ ਮਿਲ ਸਕਦਾ ਹੈ, ਕਮਾਦ ਵਾਸਤੇ ਇੰਨਾ ਮਿਲ ਸਕਦਾ ਹੈ। ਉਸੇ ਤਰੀਕੇ ਨਾਲ ਉਹਨਾਂ ਦੇ ਕੱਲੇ ਕੱਲੇ ਜੋ ਚੀਜ਼ਾਂ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਜਿਸ ਚੀਜ਼ ਤੇ ਵੀ, ਜਿਵੇਂ ਕੋਈ ਖਾਦ ਕਿੰਨੀ ਚਾਹੀਦੀ ਹੈ, ਲੇਬਰ ਕਿੰਨੀ ਲੱਗਣੀ ਹੈ, ਪਾਣੀ ਕਿੰਨੀ ਲੱਗਣੀ ਹੈ, ਬਿਜਲੀ ਕਿੰਨੀ ਲੱਗਣੀ ਹੈ, ਇਹ ਸਾਰੀਆਂ ਚੀਜ਼ਾਂ ਦੀ ਕੋਸਟ ਕੱਢ ਕੇ ਉਹ ਪਰ ਏਕੜ ਦੇ ਹਿਸਾਬ ਨਾਲ ਉਹਦਾ ਵੈਲਿਊ ਕੱਢ ਦਿੰਦੇ ਨੇ, ਤੇ ਉਸੇ ਹਿਸਾਬ ਨਾਲ ਉਸ ਫਸਲ ਵਾਸਤੇ ਜਿਸ ਫਸਲ ਵਾਸਤੇ ਉਹਨਾਂ ਨੇ ਲੈਣਾ ਹੈ ਉਹਦਾ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਇਹ ਕੋਈ ਬਹੁਤਾ ਵੱਡਾ ਕੰਮ ਔਖਾ ਨਹੀਂ ਹੁੰਦਾ, ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਹੀ ਸਾਹਮਣੇ ਬਿਠਾਇਆ ਜਾਂਦਾ ਹੈ। ਜੀ ਸੰਤੋਖ ਸਿੰਘ ਜੀ, ਮੈਂ ਤੁਹਾਨੂੰ ਇੱਥੇ ਥੋੜਾ ਰੋਕਣਾ ਚਾਹੂੰਗੀ, ਪੁੱਛਣਾ ਚਾਹੂੰਗੀ ਜੀ। ਹੈਲੋ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਿਹੜੇ ਕਿਸਾਨ ਕਰਜ਼ਾ ਲੈਂਦੇ ਆ, ਸੋ ਜਦੋਂ ਉਹ ਕਿਸਾਨਾਂ ਨੇ ਮੰਨ ਲਓ ਫਸਲ ਵਾਸਤੇ ਕਰਜ਼ਾ ਲੈਣਾ ਤਾਂ ਫਸਲ ਵਾਸਤੇ ਨਾ ਯੂਜ਼ ਕਰਦੇ ਹੈਗੇ, ਸੋ ਉਹਨਾਂ ਨੂੰ ਉਦੋਂ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਕਿੰਨੀ ਮੋਹਲਤ ਮਿਲਣੀ ਹੈਗੀ ਆ, ਜੇ ਉਹ ਮੋਹਲਤ ਉਹਨਾਂ ਦੀ ਲੰਘ ਜਾਂਦੀ ਹੈਗੀ ਆ ਤਾਂ ਫਿਰ ਉਹਨਾਂ ਨੂੰ ਕਿੰਨਾ ਵਿਆਜ ਦੇਣਾ ਪਵੇਗਾ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਇਨਫੋਰਮੇਸ਼ਨ। ਮੈਡਮ ਜੀ ਗੱਲ ਸੁਣੋ, ਜਿਹੜੇ ਜਦੋਂ ਅਸੀਂ ਕਰਜ਼ਾ ਕਿਸੇ ਫਸਲ ਵਾਸਤੇ ਕਰਜ਼ਾ ਦੇ ਦਿੱਤਾ, ਉਹਦੀ ਮਿਆਦ ਜਿਹੜੀ ਹੈ ਕੋਈ ਹਾੜੀ ਹੁੰਦੀ ਹੈ, ਇੱਕ ਸੋਹਣੀ ਹੁੰਦੀ ਹੈ, ਉਹ ਜਿਹੜੀ ਜਦੋਂ ਇਹਦੀ ਫਸਲ ਆਉਂਦੀ ਹੈ ਨਾ, ਜਿਹੜੀ ਅਸੀਂ ਹਾੜੀ ਹੈ ਹਾੜੀ ਬੀਜਦੇ ਹਾਂ, ਕਣਕ ਬੀਜਦੇ ਹਾਂ, ਜਦੋਂ ਇਹਦੀ ਫਸਲ ਨੇ ਪੱਕਣਾ ਹੈ ਨਾ, ਜਦੋਂ ਉਹਨੇ ਮਾਰਕੀਟ 'ਚ ਵੇਚਣੀ, ਉਹ ਪੀਰੀਅਡ ਕੱਢਿਆ ਜਾਂਦਾ ਹੈ ਤਕਰੀਬਨ ਇਹਦੇ ਵਿੱਚ, ਫਿਰ ਵੀ ਤਕਰੀਬਨ 6 ਮਹੀਨੇ ਦਾ ਮੁੱਲ, 6 ਮਹੀਨੇ ਇੱਕ ਫਸਲ, 6 ਮਹੀਨੇ ਅਗਲੀ ਫਸਲ, ਹਾੜੀ ਵਾਸਤੇ ਵੀ 6 ਮਹੀਨੇ, ਸੋਨੀ ਵਾਸਤੇ ਵੀ 6 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਹੈ। ਜਦੋਂ 6 ਮਹੀਨੇ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਜਿਹੜੀ ਫਸਲ ਆਉਂਦੀ ਹੈ ਉਹਦਾ ਜਿਹੜਾ ਪੈਸਾ ਵੱਟਿਆ ਜਾਂਦਾ ਹੈ ਉਹ ਪੈਸਾ ਉਸ ਅਕਾਊਂਟ ਦੇ ਵਿੱਚ ਜਾਏਗਾ, ਸਮਝ ਲੈ ਗਈ? ਉਹਦਾ ਪੈਸਾ ਜਿੰਨੇ ਉਹਦੀ ਇਨਕਮ ਹੋਣੀ ਹੈ, ਜਿੰਨਾ ਉਹ ਲੋਨ ਖੜਾ ਹੈ, ਉਹ ਪੈਸਾ ਇੱਕ ਵਾਰੀ ਸਾਰਾ ਉਤਾਰਿਆ ਜਾਵੇਗਾ। ਪਹਿਲਾਂ ਉਹ ਡੈਬਿਟ ਵਿੱਚ ਹੁੰਦਾ ਹੈ, ਫਿਰ ਉਹਨੂੰ ਕ੍ਰੈਡਿਟ ਕੀਤਾ ਜਾਂਦਾ ਹੈ, ਫਿਰ ਉਸ ਤੋਂ ਬਾਅਦ ਅਗਲੀ ਸੋਹਣੀ ਆ ਜਾਏਗੀ। ਸੋਹਣੀ ਵਾਸਤੇ ਪਤਾ ਕਰਨਾ ਹੈ ਵੀ ਤੁਸੀਂ ਕਾਹਦੇ ਵਾਸਤੇ ਕਿੰਨਾ ਲੈਣਾ ਹੈ, ਉਹਨਾਂ ਦਾ ਜਿਹੜਾ ਉਹਨਾਂ ਨੇ ਅਗਰ ਸਾਰਾ ਪੈਸਾ ਮੋੜ ਦਿੱਤਾ ਹੈ ਤਾਂ ਉਹਦੀ ਲਿਮਿਟ ਖਾਲੀ ਪਈ ਹੈ, ਉਹਦੀ ਲਿਮਿਟ ਦੇ ਵਿੱਚ ਉਹਨੂੰ ਫਰਦਰ ਜਿੰਨੀ ਉਹਨਾਂ ਦਾ ਲਿਮਿਟ ਬਣਾਈ ਹੈ ਤੇ ਫਰਜ਼ ਕੀਤਾ ਪਰ ਏਕੜ ਦੇ ਹਿਸਾਬ ਨਾਲ, ਅਗਰ ਉਹਦੀ 5,000 ਜਾਂ 5,000 ਪਰ ਏਕੜ ਦੇ ਹਿਸਾਬ ਨਾਲ ਆਈ ਹੈ ਤੇ ਜਿੰਨੇ ਕਿਲੇ ਹੋਣਗੇ ਉਸੇ ਹਿਸਾਬ ਦੇ ਨਾਲ ਉਹਦੀ ਪੈਸਾ ਦਿੱਤਾ ਲੋਨ ਦਿੱਤਾ ਜਾਏਗਾ, ਤੇ ਓਨਾ ਹੀ ਸਾਰਾ ਉਹਨਾਂ ਨੂੰ ਪੂਰਾ ਦੇਣਾ ਪਏਗਾ ਤਾਂ ਕਿ ਉਹ ਇੱਕ ਵਾਰੀ ਸਾਰਾ ਖਤਮ ਹੋ ਜਾਵੇ। ਖਤਮ ਹੋਣ ਤੋਂ ਬਾਅਦ ਹੀ ਅਗਲਾ ਸੰਤੋਖ ਸਿੰਘ ਜੀ, ਮੰਨ ਲਓ ਕਿ ਜੇ ਉਹ ਜਿਹੜਾ ਕਿਸਾਨ ਹੈਗਾ ਉਹ ਕਰਜ਼ਾ, ਜੀ ਜੀ ਸੰਤੋਖ ਸਿੰਘ ਜੀ ਤੁਹਾਨੂੰ ਆਵਾਜ਼ ਆ ਰਹੀ ਆ? ਹਾਂਜੀ ਹੁਣ ਆ ਰਹੀ ਹੈ ਜੀ। ਮੈਂ ਕਹਿ ਰਹੀ ਹਾਂ ਕਿ ਜਦੋਂ ਕਿਸਾਨ ਮੰਨ ਲਓ ਕਿ ਜਿਹੜਾ ਉਹ ਕਰਜ਼ਾ ਉਹਨੇ ਲਿਆ ਹੁੰਦਾ ਉਹ ਕਰਜ਼ਾ ਉਸ ਟਾਈਮ ਤੇ ਉਹ ਨਹੀਂ ਦੇ ਪਾਉਂਦਾ, ਸੋ ਉਸ ਤੋਂ ਬਾਅਦ ਉਹ ਬੈਂਕ ਵੱਲੋਂ ਉਹਨੂੰ ਕਿੰਨੀ ਮੋਹਲਤ ਦਿੱਤੀ ਜਾਂਦੀ ਆ, ਇਹਦੇ ਬਾਰੇ ਥੋੜਾ ਜਿਹਾ ਕਲੈਰੀਫਾਈ ਕਰੋ। ਤੇ ਨਾਲ ਹੀ ਮਤਲਬ ਕਿਉਂਕਿ ਜ਼ਿਆਦਾਤਰ ਕਿਸਾਨ ਜਿਹੜੀ ਖੁਦਕੁਸ਼ੀ ਕਰਦੇ ਹੈਗੇ ਉਹ ਇਸ ਕਰਕੇ ਕਰਦੇ ਹੈਗੇ, ਜਿਹੜੇ ਕਾਰਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਬੈਂਕਾਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਉਹਨਾਂ ਨੂੰ ਪੁਲਿਸ ਫੜ ਕੇ ਲੈ ਜਾਏਗੀ, ਉਹ ਜ਼ਿਆਦਾ ਪਰੇਸ਼ਾਨ ਹੋ ਕੇ ਉਹ ਇਸ ਤਰ੍ਹਾਂ ਦਾ ਕਦਮ ਚੁੱਕਦੇ ਆ, ਸੋ ਤੁਸੀਂ ਇਹ ਦੱਸੋ ਕਿ ਬੈਂਕ ਵੱਲੋਂ ਜੇ ਉਹ ਟਾਈਮ ਸਿਰ ਕਰਜ਼ਾ ਨਾ ਦੇ ਸਕੇ ਸੋ ਉਹਨੂੰ ਕਿੰਨੀ ਹੋਰ ਮੋਹਲਤ ਦਿੱਤੀ ਜਾ ਸਕਦੀ ਆ? ਨਹੀਂ ਹਾਂ ਮੈਡਮ, ਮੈਂ ਤੁਹਾਨੂੰ ਦੱਸਦਾ ਕਿ ਫਰਜ਼ ਕੀਤਾ ਉਹਨਾਂ ਨੂੰ ਹਾੜੀ ਦੀ ਫਸਲ ਦਾ ਉਹਨਾਂ ਕਰਜ਼ਾ ਸਾਰਾ ਨਹੀਂ ਦਿੱਤਾ ਗਿਆ, ਜੇ ਉਹਨਾਂ ਨੇ 50% ਕਮ ਸੇ ਕਮ 50% ਦਿੱਤਾ ਜਾਂਦਾ ਹੈ ਤੇ ਬਾਕੀ ਜਿਹੜਾ 50% ਆ ਉਹਨੂੰ ਇੱਕ ਅਗਲੀ ਜਿਹੜੀ ਸੋਨੀ ਦੀ ਜਿਹੜੀ ਹੈ ਫਸਲ ਜਦੋਂ ਬੀਜੇਗਾ ਸਾਨੂੰ, ਕਿਉਂਕਿ ਉਹਨੇ 50% ਕਰਜ਼ਾ ਦਿੱਤਾ ਹੈ, 50% ਦੇ ਖੜਾ ਹੈ, ਜੇ 5,000 ਦਿੱਤਾ ਤੇ 2,500 ਰੁਪਇਆ ਅਜੇ ਉਹਦਾ ਪਰ ਏਕੜ ਦੇ ਹਿਸਾਬ ਨਾਲ ਖੜਾ ਹੈ, ਉਹਨੂੰ ਉਸ ਵਕਤ ਕਰਜ਼ੇ ਦੀ ਅਗਲੀ ਲਿਮਿਟ ਘੱਟ ਜਾਏਗੀ ਉਹਦੀ, ਉਹ 5,000 ਅਗਲੇ 5,000 ਦੇਣ ਦੀ ਬਜਾਏ ਉਹਨੂੰ 2,500 ਕਰਜ਼ਾ ਮਿਲੇਗਾ, ਲੇਕਿਨ ਅਗਲਾ ਸਿਰਫ ਇੱਕੋ ਹੀ 6 ਮਹੀਨੇ ਮਿਲਣੇ ਉਹਨੂੰ ਮੁਲਤ ਦੇ। ਠੀਕ ਹੈ, ਮਤਲਬ ਉਹਨੂੰ ਸਾਲ ਤੱਕ ਜਾ ਸਕਦਾ ਹੈ, ਸਾਲ ਤੱਕ ਕਰਜ਼ਾ ਜਾ ਸਕਦਾ ਹੈ, ਉਹਨੂੰ ਪੂਰੇ ਦਾ ਪੂਰਾ ਸਾਲ ਜਿਹੜਾ ਬਾਕੀ ਪੈਸਾ ਬਚਾ ਉਹ ਵੀ ਸਾਲ ਦੇ ਵਿੱਚ ਵਿੱਚ 6 ਮਹੀਨੇ ਹੋਰ ਮਿਲ ਜਾਣਗੇ, ਲੇਕਿਨ ਜਦੋਂ ਨਵੀਂ ਲਿਮਿਟ ਦੇਣੀ, ਇਹ ਨਹੀਂ ਕਿ ਉਹਨੂੰ ਅਸੀਂ ਪੈਸਾ ਨਹੀਂ ਦੇਣਾ ਬੈਂਕ ਨੇ, ਪੈਸਾ ਦੇਣਾ ਤਾਂ ਹੀ ਅਗਲੀ ਫਸਲ ਬੀਜੇਗਾ, ਪੈਸਾ ਉਹਨੂੰ ਮਿਲੇਗਾ ਲੇਕਿਨ ਪੂਰਾ ਨਹੀਂ ਮਿਲੇਗਾ, ਜਿੰਨਾ ਉਹਨੇ ਪੇ ਕਰ ਦਿੱਤਾ ਓਨਾ ਹੀ ਅੱਗੇ ਹੋਰ ਉਹਨੂੰ ਮਿਲ ਜਾਏਗਾ, ਉਹਨੂੰ ਕਹਿੰਦੇ ਰਿਵਾਲਵਿੰਗ ਕ੍ਰਾਪ ਲੋਨ ਲਿਮਿਟ। ਓਕੇ ਓਕੇ, ਤੇ ਦੂਸਰੀ ਗੱਲ, ਮੈਂ ਦੂਸਰੀ ਗੱਲ ਜਿੱਦਾਂ ਹੁਣ ਤੁਸੀਂ ਕਹਿੰਦੇ ਹੋ ਕਿ ਸਾਲ ਤੱਕ ਉਹਨੂੰ ਮੋਹਲਤ ਮਿਲ ਸਕਦੀ ਆ, ਪਰ ਸਾਲ ਦੇ ਵਿੱਚ ਵਿੱਚ ਉਹਨੂੰ 50% ਜਿਹੜਾ ਕਰਜ਼ਾ ਉਹਨੂੰ ਉਤਾਰਨਾ ਹੀ ਪਏਗਾ। ਹਾਂ ਹਾਂ ਹਾਂ,
ਸਾਲ ਵਿੱਚ 50 ਪਸ਼ੂ ਧਰਨਾ ਪਏਗਾ, ਉਸ ਤੋਂ ਬਾਅਦ ਉਹਦੇ ਕੋਲੋਂ ਪੁੱਛਿਆ ਜਾਏਗਾ ਤੇਰੀ, ਉਹਦਾ ਸਰਵੇ ਕੀਤਾ ਜਾਏਗਾ ਵੀ ਤੇਰੀ ਫਸਲ ਕਿਉਂ, ਮਤਲਬ ਕਿ ਤੂੰ ਪੈਸਾ ਕਿਉਂ ਨੀ, ਤੈਨੀ ਇੰਨਾ ਤੂੰ ਪੈਸਾ ਬਾਕੀ ਪੈਸਾ ਕਿੱਥੇ ਗਿਆ, ਉਹਦੇ ਵਾਸਤੇ ਉਹ ਲਿਖ ਕੇ ਦੇਗਾ ਕਿ ਮੈਂ ਇੱਥੇ ਪੈਸਾ ਯੂਟੀਲਾਈਜ਼ ਕੀਤਾ ਜਾਂ ਮੈਨੂੰ ਕਿਸੇ ਸਾਈਡ ਤੇ ਕਿਸੇ ਵੀ ਤਰੀਕੇ ਨਾਲ, ਜਾਂ ਮੈਂ ਇਹ ਪੈਸਾ ਮੈਂ ਆਪਣੇ ਆੜ੍ਹਤੀ ਦਾ ਦੇਣਾ ਸੀ ਉਹਨੂੰ ਦਿੱਤਾ ਹੈ, ਤੇ ਉਹ ਲਿਖ ਕੇ ਦੇਗਾ ਕਿ ਮੈਂ ਆੜ੍ਹਤੀ ਕੋਲ ਲੈ ਕੇ ਪੈਸਾ ਪੂਰੀ ਪੂਰੀ ਲਿਮਿਟ ਦੁਬਾਰਾ ਖਤਮ ਕਰ ਦਾਂਗਾ, ਤੇ ਫਿਰ ਜਦੋਂ ਉਹਦੀ ਲਿਮਿਟ 2-3 ਦਿਨ ਦਾ ਗੈਪ ਆ ਕੇ ਫਿਰ ਉਹਨੂੰ ਜਦੋਂ ਲਿਮਿਟ ਐਡਜਸਟ ਕਰਵਾ ਦਿੰਦਾ ਤੇ ਫਿਰ ਉਹਨੂੰ ਪੂਰਾ ਕਰਜ਼ਾ ਮਿਲ ਜਾਂਦਾ ਹੈ। ਇਹ ਨਹੀਂ ਹੈ ਕਿ ਉਹਨੂੰ ਪਹਿਲੇ ਦਿਨ ਉਹਦੇ ਤੇ ਕੇਸ ਦੇ ਨੋਟਿਸ ਦਿੱਤਾ ਜਾਵੇਗਾ, ਉਹਨੂੰ ਘੱਟੋ ਘੱਟ 1 ਸਾਲ ਦਾ ਟਾਈਮ, 6 ਮਹੀਨੇ ਅਗਲੇ ਦਾ ਟਾਈਮ ਮਿਲੇਗਾ। ਜੇ ਫਿਰ ਵੀ ਨਹੀਂ ਉਹ ਜਮ੍ਹਾਂ ਕਰਾਉਂਦਾ ਤੇ ਫਿਰ ਉਹਦੇ ਉੱਤੇ ਉਹਦੇ ਨੋਟਿਸ ਦੇਣਗੇ ਵੀ ਤੂੰ ਇੰਨੀ ਚਿਰ 'ਚ ਪੈਸਾ ਜਮ੍ਹਾਂ ਕਰਾ ਦੇ, ਨਹੀਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। 1 ਸਾਲ ਬਾਅਦ ਹੈ ਕ੍ਰਾਪ ਲੋਨ ਦਾ, ਹੈ 1 ਸਾਲ ਬਾਅਦ। ਸੰਤੋਖ ਸਿੰਘ ਜੀ, ਜਿਹੜੇ ਕਿ ਗਵਰਨਮੈਂਟ ਚੇਂਜ ਹੋਈ ਸੀਗੀ ਅਤੇ ਨਵੇਂ ਰੂਲਸ ਇੱਦਾਂ ਦੇ ਰੈਗੂਲੇਸ਼ਨਸ ਇੰਟਰੋਡਿਊਸ ਕੀਤੇ ਸੀਗੇ ਜਿਹਦੇ ਨਾਲ ਕਿ ਕਰਜ਼ਾ ਮਾਫ਼ੀ ਜ਼ਿਆਦਾ ਈਜ਼ੀਅਰ ਹੋ ਸਕੇ ਅਤੇ ਜਿਹੜੀ ਫਾਰਮਰ ਸੁਸਾਈਡ ਦੀ ਪ੍ਰੋਬਲਮ ਹੈ ਇਹਨੂੰ ਕਾਫ਼ੀ ਘੱਟ ਕੀਤਾ ਜਾਏ, ਅਤੇ ਗਵਰਨਮੈਂਟ ਚੇਂਜ ਹੋਣ ਦੇ ਨਾਲ ਬੈਂਕਿੰਗ ਸਕੀਮਸ ਔਰ ਕੋਆਪਰੇਟਿਵ ਜਿਹੜੀ ਸਕੀਮਸ ਹੈਗੀ ਉਹਦੇ ਵਿੱਚ ਕੋਈ ਚੇਂਜ ਆਇਆ ਆ, ਜਾਂ ਫਿਰ ਜਿਹੜੀ ਤੁਸੀਂ ਸਕੀਮਸ ਆ ਦੱਸ ਰਹੇ ਹੈਗੇ ਆ ਇਹ ਪਹਿਲਾਂ ਦੀ ਹੈਗੀ ਆ? ਨਹੀਂ, ਇਹ ਸਕੀਮ ਪਹਿਲੇ ਦੀ ਹੈ, ਲੇਕਿਨ ਅੱਜ ਕੱਲ੍ਹ ਸਕੀਮ ਭਾਵੇਂ ਕੋਈ ਵੀ ਆ ਜਾਵੇ, ਲੇਕਿਨ ਜਿਹੜਾ ਪੈਸਾ ਦਿੱਤਾ ਹੋਇਆ ਹੈ ਉਹਨੇ ਪਹਿਲਾਂ 6 ਮਹੀਨੇ ਤੱਕ ਚੱਲਣਾ ਸੀ, ਉਹ ਪੈਸਾ ਉਹਨੂੰ ਉਤਾਰਨਾ ਪਏਗਾ, ਸਿਰਫ ਉਹ ਜਿੰਨਾ ਰਹਿ ਗਿਆ ਉਹ ਅਗਲੇ 6 ਮਹੀਨੇ 'ਚ ਉਤਾਰਨਾ ਪਏਗਾ, ਉਸ ਤੋਂ ਬਾਅਦ ਉਹਦੀ ਲਿਮਿਟ ਜਿਹੜੀ ਨਾ ਉਹ ਸਟੋਕ ਹੋ ਜਾਏਗੀ, ਸਟੋਪ ਹੋ ਜਾਏਗੀ। ਤੇ ਕੋਈ ਨਿਊ ਰੈਗੂਲੇਸ਼ਨ ਜਿਹੜੇ ਪ੍ਰੋਮਿਸ ਕੀਤੇ ਸੀਗੇ ਨਿਊ ਗਵਰਨਮੈਂਟ ਨੇ, ਕਾਂਗਰਸ ਗਵਰਨਮੈਂਟ ਜਦੋਂ ਆਈ ਸੀਗੀ ਪਾਵਰ ਦੇ ਵਿੱਚ ਤੇ ਉਹਨਾਂ ਨੇ ਕਾਫੀ ਕਿਹਾ ਸੀਗਾ ਕਿ ਕਾਫੀ ਸਟ੍ਰੈਸ ਕੀਤਾ ਸੀ ਇਸ ਬਾਤ ਗੱਲ ਦੇ ਉੱਤੇ ਕਿ ਜਿਹੜੀ ਵੀ ਬੈਂਕਿੰਗ ਸਕੀਮਸ ਹੈਗੀਆਂ ਉਹਨਾਂ ਨੂੰ ਅਸੀਂ ਇੰਪਰੂਵ ਕਰਾਂਗੇ ਸੋ ਦੈਟ ਦੇ ਗੋ ਇਨ ਫੇਵਰ ਆਫ ਦਾ ਫਾਰਮਰਸ, ਤਾਂ ਇੱਦਾਂ ਕੋਈ ਨਿਊ ਰੈਗੂਲੇਸ਼ਨ ਜਿਹੜੇ ਆਏ ਸੀ ਤੁਸੀਂ ਉਹਨਾਂ ਦੇ ਬਾਰੇ ਦੱਸੋ। ਨਹੀਂ ਮੈਡਮ, ਅੱਜ ਤੱਕ ਉਹਨਾਂ ਨੇ ਜਿਹੜੀ ਸਕੀਮ ਬਣਾ ਕੇ ਇਹਨਾਂ ਨੇ ਕੋਈ ਪਹਿਲੇ ਜਿਹੜੀ ਵੀ ਸਕੀਮ ਬਣਾਉਣੀ ਹੁੰਦੀ ਹੈ ਪਹਿਲਾਂ RBI ਦੀ ਉਹਨਾਂ ਨੇ ਉਹਦੇ ਉੱਤੇ ਨਾ ਪਰਮਿਸ਼ਨ ਲੈਣੀ ਹੁੰਦੀ ਹੈ, ਤਾਂ ਉਹ ਪਰਮਿਸ਼ਨ ਇਹ ਸਾਰੀਆਂ ਸਕੀਮਾਂ RBI ਚੱਲਦਾ ਹੈ ਜਾਂ ਬੈਂਕਾਂ ਦੇ ਹੈੱਡ ਆਫਿਸ ਵਿੱਚ ਜਾਂਦੇ ਨੇ, ਹੈੱਡ ਆਫਿਸ ਵੀ ਉਹ ਆਪਣੇ RBI ਕੋਲੋਂ ਹਰ ਲਿਮਿਟ ਨੂੰ ਅਪਰੂਵ ਕਰਾਉਂਦਾ ਹੈ, ਲੇਕਿਨ ਇਹਨਾਂ ਦੇ ਵਿੱਚ ਨਵੀਂ ਚੀਜ਼ ਅੱਜ ਤੱਕ ਕੋਈ ਇੰਟਰੋਡਿਊਸ ਨਹੀਂ ਕੀਤੀ, ਤਾਂ ਕਿ ਅਜੇ ਤੱਕ ਕੋਈ ਨਵੀਂ ਸਕੀਮ ਨਹੀਂ ਆਈ, ਇੰਪਲੀਮੈਂਟ ਨਹੀਂ ਹੋਈ, ਬੇਸ਼ੱਕ ਜੇ ਆਈ ਹੈ ਤਾਂ ਉਹ ਪੇਪਰਾਂ ਵਿੱਚ ਹੀ ਹੈ, ਕਿਸਾਨਾਂ ਤੱਕ ਬੈਂਕਾਂ ਤੱਕ ਕੋਈ ਐਸੀ ਸਕੀਮ ਨਹੀਂ ਹੈ। ਓਕੇ, ਤਾਂ ਇਹ ਬਹੁਤ ਵੱਡਾ ਇੱਕ ਖੁਲਾਸਾ ਜਿਹਦੇ ਕਿ ਜਿਹੜੇ ਆਮ ਆਦਮੀ ਹੈਗੇ ਆ ਜਿਹੜਾ ਸਾਡੇ ਵਰਗੇ ਲੇਮੈਨ, ਸਾਨੂੰ ਨਹੀਂ ਪਤਾ ਹੈਗਾ ਕਿ ਕਿੰਨੀ ਕੁ ਦੇਰ ਲੱਗਦੀ ਹੈਗੀ ਹੈ ਟੂ ਇੰਟਰੋਡਿਊਸ ਨਿਊ ਸਕੀਮਸ ਬਾਏ ਦਾ ਗਵਰਨਮੈਂਟ, ਪਰ ਸਾਡੇ ਵਰਗੇ ਇੱਦਾਂ ਸੋਚਦੇ ਹੈਗੇ ਕਿ ਗਵਰਨਮੈਂਟ ਨੇ ਪ੍ਰੋਮਿਸ ਕਰਤੀ ਆ ਅਤੇ ਫਟਾਫਟ ਹੁਣ ਨਿਊ ਸਕੀਮਸ ਇੰਟਰੋਡਿਊਸ ਹੋ ਜਾਣਗੀ ਅਤੇ ਲਾਸਟ ਦੇ ਵਿੱਚ ਕਰ ਰਹੀ ਹੈਗੀ ਹੈ। ਲਾਸਟ ਦੇ ਵਿੱਚ ਸੰਤੋਖ ਸਿੰਘ ਜੀ, ਮੈਂ ਤੁਹਾਨੂੰ ਇੱਕ ਲਾਸਟ ਦੇ ਵਿੱਚ ਸਵਾਲ ਪੁੱਛਣਾ ਹੈਗਾ, ਜਿਵੇਂ ਕਿ ਗਵਰਨਮੈਂਟ ਵੱਲੋਂ ਕਿਹਾ ਗਿਆ ਕਿ ਅਸੀਂ ਕਰਜ਼ਾ ਮਾਫ਼ੀ ਦੇ ਰਹੇ ਹਾਂ, ਸੋ 2 ਫੇਸ ਦੀ ਕਰਜ਼ਾ ਮਾਫ਼ੀ ਹੋ ਗਈ ਆ, 3ਜਾ ਫੇਸ ਉਹਨਾਂ ਨੇ ਸ਼ੁਰੂ ਕੀਤਾ, ਸੋ ਜਿਹੜੀ ਕਰਜ਼ਾ ਮਾਫ਼ੀ ਹੋ ਰਹੀ ਹੈ ਕਿੰਨਾ ਕਿਸਾਨਾਂ ਦੀ ਹੋ ਰਹੀ ਆ? ਕਿਉਂਕਿ ਜ਼ਿਆਦਾਤਰ ਕਿਸਾਨ ਜਿਹੜੇ ਥੋੜ੍ਹੀਆਂ ਜ਼ਮੀਨਾਂ ਵਾਲੇ ਆ, ਜਿਹਨਾਂ ਕੋਲ ਮੰਨ ਲਓ 2 ਕਿੱਲੇ ਜ਼ਮੀਨ ਹੈਗੀ ਤੇ 4-5 ਲੱਖ ਦਾ ਕਰਜ਼ਾ ਹੈਗਾ, ਉਹਨਾਂ ਦੇ ਤਾਂ ਮਾਫ਼ ਨਹੀਂ ਹੋ ਰਹੇ, ਸੋ ਕਿੰਨਾ ਕਿਸਾਨਾਂ ਦੇ ਮਾਫ਼ ਹੋ ਰਹੇ? ਰੀਜ਼ਨ ਮੈਡਮ ਜੀ, ਰੀਜ਼ਨ ਇਹ ਹੈ ਕਿ ਕਰਜ਼ੇ ਜਿਹੜੇ ਉਹਨਾਂ ਵਾਸਤੇ ਨੇ ਜਿਹਨਾਂ ਦੀ ਜ਼ਮੀਨ, ਜਿਹੜੇ ਕਿ ਮਾਰਜਨਲ ਫਾਰਮਰ ਹੁੰਦੇ ਨੇ ਜਿਹਨਾਂ ਦੀ 2-3 ਕਿੱਲੇ ਤੋਂ ਵੱਧ ਜ਼ਮੀਨ ਨਹੀਂ ਹੁੰਦੀ, 5 ਤੇ ਵੈਸੇ ਪਹਿਲੇ 5 ਹੁੰਦੀ ਸੀ, ਅੱਜ ਕੱਲ੍ਹ 3 ਕਿੱਲੇ, ਜਿਹਦੀ 3 ਕਿੱਲੇ ਤੋਂ ਵੱਧ ਜ਼ਮੀਨ ਨਹੀਂ ਹੈ ਨਹੀਂ ਹੈਗੀ, ਉਹਨਾਂ ਦਾ ਕਰਜ਼ਾ ਮਾਫ਼ ਹੋ ਜਾਏਗਾ ਜਿੰਨਾ ਪੈਸਾ ਐਗਜ਼ਿਸਟ ਕਰ ਲਿਆ, ਜਿਵੇਂ ਗਵਰਨਮੈਂਟ ਪਾਲਿਸੀ ਕਰਦੀ ਹੈ ਜਾਂ ਪ੍ਰੋਮਿਸ ਕਰਦੀ ਹੈ ਉਹ ਪੈਸਾ ਮਾਫ਼ ਹੋ ਜਾਂਦਾ ਹੈ। ਪਹਿਲੇ ਇਹਦੀ ਮਾਫ਼ੀ ਦੀ ਇਹ RBI ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ, ਪਰਮਿਸ਼ਨ RBI ਪਰਮਿਸ਼ਨ ਦਿੰਦਾ ਹੈ, ਤੇ ਜਿਹੜੇ ਛੋਟੇ ਕਿਸਾਨ ਉਹਨਾਂ ਦੀ ਪਰਮਿਸ਼ਨ ਮਿਲ ਜਾਂਦੀ, ਵੱਡਿਆਂ ਦੀ 3 ਤੋਂ ਉੱਪਰ ਬਹੁਤ ਘੱਟ ਮਿਲਦੀ ਹੈ, ਲੇਕਿਨ ਉਹਦੇ ਵਿੱਚ ਵੀ ਫਿਰ ਆਪਣੇ ਨਹੀਂ ਉਹਨੇ ਚ ਮਾਫ਼ ਹੋ ਸਕਦੇ ਨੇ, ਲੇਕਿਨ ਪ੍ਰੋਵਾਈਡਰ ਕਿ ਉਹਨਾਂ ਨੂੰ 3 ਤੱਕ ਦੇ ਘੱਟ ਘੱਟ ਜਾਂ 3 ਤੋਂ ਉੱਪਰ ਵਾਲੇ ਜਿਹੜੀ ਪੋਜੀਸ਼ਨ ਹੈਗੀ ਹੈ ਉਹ RBI ਦੀ ਪਰਮਿਸ਼ਨ ਲੈਣੀ ਪੈਗੀ, ਪਰਮਿਸ਼ਨ RBI ਦੇ ਦਿੰਦਾ ਹੈ ਗਵਰਨਮੈਂਟ ਦੀ ਰਿਕਮੈਂਡੇਸ਼ਨ ਤੇ, ਲੇਕਿਨ ਉਹਨਾਂ ਨੂੰ ਛੋਟੇ ਡੈਫੀਨਿਟਲੀ ਮਾਫ਼ ਹੋ ਜਾਂਦਾ ਹੈ। ਇੰਡੀਅਨ ਐਕਸਪ੍ਰੈਸ ਨਿਊਜ਼ ਪੇਪਰ ਦੀ ਇੱਕ ਰਿਪੋਰਟ ਦੇ ਵਿੱਚ ਆਇਆ ਸੀਗਾ ਕਿ ਜਦੋਂ ਦੀ ਆ ਕਰਜ਼ਾ ਮਾਫ਼ੀ ਦੀ ਸਕੀਮ ਇੰਟਰੋਡਿਊਸ ਹੋਈ ਹੈਗੀ ਆ ਇਨ ਦਾ ਪਾਸਟ 10 ਈਅਰਸ, ਉਦੋਂ ਦੇ ਥੋੜ੍ਹੇ ਸੁਸਾਈਡ ਰੇਟਸ ਜ਼ਿਆਦਾ ਵੱਧ ਗਏ ਹੈਗੇ ਨੇ, ਕਿਉਂਕਿ ਫਾਰਮਰਸ ਨੂੰ ਇੱਦਾਂ ਦਾ ਯੂਨੋ ਭੁਲੇਖਾ ਹੈਗਾ ਕਿ ਜੇ ਕਰਜ਼ਾ ਮਾਫ਼ ਹੋ ਗਿਆ ਸਾਡੇ ਮਰਨ ਦੇ ਸੁਸਾਈਡ ਕਰਕੇ ਜੇ ਕਰਜ਼ਾ ਮਾਫ਼ ਹੋ ਜਾਂਦਾ ਹੈ ਤਾਂ ਫਿਰ ਇਹੀ ਇੱਕ ਸੋਲਿਊਸ਼ਨ ਹੈਗਾ ਆ ਕਿ ਇਹਦੇ ਵਿੱਚੋਂ ਕਰਜ਼ੇ ਦੇ ਇਸ ਵਿਸ਼ਿਅਸ ਸਰਕਲ ਦੇ ਵਿੱਚੋਂ ਨਿਕਲਣ ਦਾ ਇੱਕੋ ਸੋਲਿਊਸ਼ਨ ਹੈ ਕਿ ਸੁਸਾਈਡ ਕਮਿਟ ਕਰਨ ਤੋਂ ਬਾਅਦ ਕਰਜ਼ਾ ਮਾਫ਼ ਹੋ ਜਾਂਦਾ ਹੈ। ਅਤੇ ਇੰਡੀਅਨ ਐਕਸਪ੍ਰੈਸ ਨੇ ਇਹ ਬਹੁਤ ਡਿਟੇਲ ਦੇ ਵਿੱਚ ਇਹ ਪ੍ਰੋਬਲਮ ਨੂੰ ਬ੍ਰੇਕ ਡਾਊਨ ਕੀਤਾ ਸੀਗਾ ਕਿ ਇਹ ਕਰਜ਼ਾ ਮਾਫ਼ੀ ਦੀ ਟੂ ਰਾਈਟ ਆਫ ਲੋਨਸ ਇਹ ਕਿੰਨਾ ਹੈਲਪਫੁਲ ਹੈਗਾ ਆ ਅਤੇ ਕਿਤੇ
ਇਹ ਇੱਕ ਤਰੀਕੇ ਦਾ ਕੋਈ ਯੂ ਨੋ ਟਰੈਪ ਨਾ ਬਣ ਜਾਏ ਕਿ ਜਿੱਥੋਂ ਜਿਹਦੇ ਵਿੱਚ ਉਹ ਮਾਫ਼ੀ ਕਰਨ ਦੇ ਮਤਲਬ ਜਿੰਨਾ ਉਹਨਾਂ ਨੇ ਮਾਫ਼ ਕਰਨਾ ਸੀਗਾ ਲੇਕਿਨ ਟੂ ਰਿਡਿਊਸ ਦ ਸੁਸਾਈਡਸ ਉਹਨਾਂ ਜ਼ਿਆਦਾ ਸੁਸਾਈਡਸ ਵੱਧ ਨਾ ਜਾਣ ਅਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਮੈਡਮ ਜੀ ਇਹ ਜਿਹੜੇ ਸੁਸਾਈਡ ਵੱਧ ਨੇ ਇਹ ਰੀਜ਼ਨ ਇਹ ਉਹਨਾਂ ਪ੍ਰੋਮਿਸ ਕੀਤਾ ਜਾਂਦਾ ਹੈ ਉਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਕਰਜ਼ਾ ਖੜਾ ਸੀ ਉਹਦੇ ਵਾਸਤੇ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਕਿ ਤੁਹਾਡੀ ਅਸੀਂ ਕਰਜ਼ਾ ਮਾਫ਼ ਕਰ ਦਾਂਗੇ ਲੇਕਿਨ ਉੱਧਰੋਂ ਗੌਰਮੈਂਟ ਇਹਦੀਆਂ ਬਹੁਤ ਹਰਡਨ RBI ਦੀ ਹਰਡਨ ਪਾ ਦਿੰਦੀ ਉਹ ਪਰਮਿਸ਼ਨ ਨਹੀਂ ਦਿੰਦੀ ਅਤੇ ਉਹ ਪੈਸਾ ਜਿਹੜਾ ਉਹ ਉਹਨਾਂ ਦੀ ਮਜ਼ਬੂਰੀ ਹੋ ਜਾਂਦੀ ਹੈ ਬੈਂਕ ਆਪਣੇ ਗੌਰਮੈਂਟ ਦੀ ਉਹ ਬੈਂਕਾਂ ਨੂੰ ਪੈਸੇ ਨਹੀਂ ਦਿੰਦੇ ਬੈਂਕ ਆਪਣੇ ਲੈਵਲ 'ਤੇ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਉਹਨਾਂ ਨੂੰ ਉੱਪਰੋਂ ਸੈਂਕਸ਼ਨ ਨਹੀਂ ਆਉਂਦੀ ਪਹਿਲਾਂ ਬ੍ਰਾਂਚ ਮੈਨੇਜਰ ਨੇ ਆਪਣੇ ਹੈੱਡ ਆਫਿਸ ਤੋਂ ਪਤਾ ਕਰਨਾ ਹੈ ਕਿਉਂਕਿ ਇਹਨੂੰ ਮਾਫ਼ ਕਰ ਦੀਏ ਕਿ ਨਾ ਕਰ ਦੀਏ ਉਹ ਪਰਮਿਸ਼ਨ ਨਹੀਂ ਆ ਸਕਦੀ ਜਿੰਨਾ ਚਿਰ RBI ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦਾ ਇਹ ਹੀ ਰੀਜ਼ਨ ਹੈ ਕਿ ਉਹਨਾਂ ਦਾ ਪ੍ਰੋਮਿਸ ਹੋ ਜਾਂਦਾ ਉਹਨਾਂ ਦਾ ਪੈਸਾ ਖੜਾ ਰਹਿੰਦਾ ਉੱਤੇ ਵਿਆਜ ਲੱਗਦਾ ਰਹਿੰਦਾ ਵਿਆਜ ਹੋਰ ਅਤੇ ਹੋਰ ਪੜ ਜਾਂਦਾ ਇਹ ਰੀਜ਼ਨ ਹੈ ਤਾਂ ਉਹਨਾਂ ਨੂੰ ਹੋਪ ਜਿਹੜੀ ਹੈ ਉਹ ਨਹੀਂ ਉਹ ਪੂਰੀ ਹੁੰਦੀ ਅਤੇ ਤਾਂ ਕਰਕੇ ਉਹ ਜਿਹੜੇ ਨਾ ਉਹ ਸੁਇਸਾਈਡ ਕਰਦੇ ਨੇ ਇਸ ਵਾਸਤੇ ਕਰਜ਼ਾ ਮੁਆਫ਼ੀ ਦੀ ਜਿਹੜੀ ਬੜੀ ਬੈਡ ਸਕੀਮ ਹੈ ਵੈਰੀ ਕਿਸੇ ਉਦੋਂ ਕਰਨਾ ਚਾਹੀਦਾ ਜਦੋਂ ਪਹਿਲਾਂ RBI ਅਲਾਓ ਕਰੇ ਇਹ ਗੌਰਮੈਂਟ ਇੱਕ ਕਿਸਮ ਦੇ ਆਪਣੀਆਂ ਵੋਟਾਂ ਲੈਣ ਵਾਸਤੇ ਇਹਨਾਂ ਨਾਲ ਪ੍ਰੋਮਿਸ ਕਰ ਦਿੰਦੀ ਲੇਕਿਨ ਇਹਦਾ ਰੀਅਲ ਸੈਂਸ ਕੋਈ ਹੈਲਪ ਨਹੀਂ ਹੁੰਦੀ ਜਿਸਟਾ ਮਰਜ਼ੀ ਕਰ ਲਓ ਜਿੰਨਾ ਇਹ ਇੱਕ ਬੈਂਕਰ ਦੀ ਜਾਂ ਇੱਕ ਹੈੱਡ ਆਫਿਸ ਦੀ ਪਾਵਰ ਨਹੀਂ ਹੁੰਦੀ ਰਿਜ਼ਰਵ ਬੈਂਕ ਹੀ ਉਹਦੀ ਕੰਸੈਂਟ ਦਿੰਦਾ ਦੇਖ ਜਿਹੜੀ ਕਿ ਬੜੀ ਲੰਬੀ ਚੌੜੀ ਹੋ ਜਾਂਦੀ ਇਸ ਕਰਕੇ ਉਹ ਉਹਨਾਂ ਨੂੰ ਕਰਜ਼ਾ ਜਲਦੀ ਜਲਦੀ ਪਰਮਿਸ਼ਨ ਨਹੀਂ ਮਿਲਦੀ ਅਤੇ ਕਿਸਾਨਾਂ ਤੱਕ ਜੇ ਉਹ ਚੀਜ਼ ਇਹਨਾਂ ਨੂੰ ਕਰਜ਼ਾ ਦੇ ਮੁਆਫ਼ੀ ਨਹੀਂ ਹੁੰਦੀ ਅਤੇ ਉਹਦੇ 'ਤੇ ਵਿਆਜ ਲੱਗ ਹਟਣਾ ਨਹੀਂ ਹੈ ਜਿੰਨਾ ਚਿਰ ਤੱਕ ਹੋਲਨ ਫਾਈਨਲ ਐਡਜਸਟਮੈਂਟ ਨਹੀਂ ਹੁੰਦੀ ਇਹ ਰੀਜ਼ਨ ਹੈ ਕਿ ਉਹਨਾਂ ਨੂੰ ਨੋਟਿਸ ਮਿਲਦੇ ਨੇ ਲਾਸਟ ਕੁਐਸਚਨ ਸੰਤੋਖ ਸਿੰਘ ਜੀ ਲਾਸਟ ਕੁਐਸਚਨ ਕਿ ਇਨਕੁਆਇਰੀਜ਼ ਕੋਈ ਇਦਾਂ ਦੀ ਹੁੰਦੀਆਂ ਹੈਗੀਆਂ ਨੇ ਕਿ ਜਦੋਂ ਫਾਰਮਰਸ ਦੇ ਫੇਲ ਟੂ ਪੇ ਦ ਲੋਨ ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਏ ਉਦੋਂ ਕੋਈ ਇਨਕੁਆਇਰੀ ਕੀਤੀ ਜਾਂਦੀ ਹੈ ਕਿ ਵਟ ਆਰ ਦ ਰੀਜ਼ਨਸ ਕਿ ਉਹਨਾਂ ਨੇ ਜਿਹੜੇ ਪੈਸੇ ਲੋਨ 'ਤੇ ਲਿੱਤੇ ਸੀਗੇ ਔਨ ਵਟ ਆਲ ਦੇ ਹੈਵ ਯੂਜ਼ ਦੈਮ ਐਂਡ ਕੀ ਇੱਦਾਂ ਦੇ ਰੀਜ਼ਨ ਹੈ ਕਿ ਉਹ ਫੇਲ ਹੋ ਗਏ ਹੈ ਜੇ ਜਦੋਂ ਉਹਨਾਂ ਨੇ ਲਿੱਤਾ ਸੀ ਤਾਂ ਉਹਨਾਂ ਨੂੰ ਸਾਰਾ ਇੰਟਰਸਟ ਰੇਟ ਪਤਾ ਸੀਗਾ ਡਿਊਰੇਸ਼ਨ ਵਿਦ ਇਨ ਵਿੱਚ ਦੇ ਹੈਵ ਟੂ ਪੇ ਦ ਲੋਨ ਆਫ ਉਹ ਵੀ ਉਹਨਾਂ ਨੂੰ ਪਤਾ ਸੀਗਾ ਲੇਕਿਨ ਉਹ ਨਹੀਂ ਕਰ ਪਾਏ ਤਾਂ ਉਹਦੇ ਕੀ ਰੀਜ਼ਨਸ ਹੈ ਇਹਦੇ ਵਿੱਚ ਕੋਈ ਇਨਕੁਆਇਰੀ ਕੀਤੀ ਜਾਂਦੀ ਹੈ ਬੈਂਕ ਵੱਲੋਂ ਇਹਦੇ ਵਿੱਚ ਇਨਕੁਆਇਰੀ ਕੀਤੀ ਜਾ ਸਕਦੀ ਬੈਂਕ ਜਿਹੜਾ ਹੈ ਬੈਂਕ ਇਨਕੁਆਇਰੀ ਕਰ ਸਕਦਾ ਤੁਸੀਂ ਪੈਸਾ ਕਿੱਥੇ ਕਿੱਥੇ ਯੂਟੀਲਾਈਜ਼ ਕੀਤਾ ਇਹ ਰੀਜ਼ਨ ਹੁੰਦਾ ਕਿ ਪੈਸੇ ਦੀ ਮਿਸ ਯੂਟੀਲਾਈਜ਼ ਹੋ ਜਾਂਦੀ ਹੈ ਕੋਈ ਮੋਟਰਸਾਈਕਲ ਲੈ ਜਾਂਦਾ ਕੋਈ ਵਿਆਹ 'ਤੇ ਲਾ ਦਿੰਦਾ ਕੋਈ ਕਿਸੇ ਤਰੀਕੇ ਨਾਲ ਦੂਸਰੇ ਰਿਸ਼ਤੇਦਾਰਾਂ ਕੋਲ ਕਰਜ਼ਾ ਲਿਆ ਹੁੰਦਾ ਉੱਧਰ ਦੇ ਦਿੰਦਾ ਉਹ ਪੈਸਾ ਉਹਦੇ ਪ੍ਰੋਡਕਸ਼ਨ ਉਹਦੀ ਪ੍ਰੋਡਕਸ਼ਨ 'ਤੇ ਨਾ ਹੋਈ ਪ੍ਰੋਡਕਸ਼ਨ ਨਹੀਂ ਹੋਈ ਅਤੇ ਉਹਦੀ ਇਨਕਮ ਨਹੀਂ ਆਈ ਜਿਹੜੀ ਕਿ ਉਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਸੀ ਇਹ ਬਹੁਤ ਵੱਡਾ ਦਿਸ ਦਾ ਮੇਨ ਰੀਜ਼ਨ ਜਿਸ ਕਰਕੇ ਕਿ ਕਿਸਾਨ ਥੱਲੇ ਆ ਜਾਂਦਾ ਕਰਜ਼ੇ ਥੱਲੇ ਆ ਜਾਂਦਾ ਕਿਸਾਨ ਉਸ ਪੈਸੇ ਨੂੰ ਰਾਈਟ ਯੂਟੀਲਾਈਜ਼ ਨਹੀਂ ਕਰਦਾ ਫਿਰ ਵੀ ਬੈਂਕਾਂ ਵਾਲੇ ਉਹਨਾਂ ਕੋਲ ਬਿੱਲ ਲੈਂਦੇ ਨੇ ਵੀ ਤੁਸੀਂ ਉਹ ਬਿੱਲ ਝੂਠੇ ਵੀ ਕਈ ਵਾਰੀ ਦੇ ਦਿੰਦੇ ਨੇ ਪਾਰਟੀਆਂ ਬੈਂਕ ਵਾਲੇ ਦੇ ਜਿਹੜੇ ਕਸਟਮਰਸ ਹੁੰਦੇ ਆ ਲੇਕਿਨ ਉਹਨਾਂ ਨੂੰ ਜਿਹੜੇ ਚੀਜ਼ ਅਸਲੀ ਜਿੱਥੇ ਯੂਟੀਲਾਈਜ਼ ਕਰਨਾ ਸੀ ਉਹਨਾਂ ਕੀਤਾ ਨਹੀਂ ਹੈ ਉਹ ਪੈਸੇ ਨੂੰ ਜਾਂ ਵਿਆਹ 'ਤੇ ਲਾ ਲਿਆ ਜਾਂ ਉਹਨਾਂ ਆੜਤੀਆਂ ਦੇ ਉਹਨਾਂ ਨੂੰ ਕਿਸੇ ਨੂੰ ਦੇਤਾ ਜਾਂ ਉਹਨਾਂ ਹੋਰ ਕਿਸੇ ਰਿਸ਼ਤੇਦਾਰ ਨੂੰ ਦੇਣਾ ਉੱਧਰ ਦੇਤਾ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਕਿੱਦਾਂ ਕੰਮ ਕਰ ਰਹੇ ਹੈਗੇ ਕੋਈ ਵੀ ਐਸੋਸੀਏਸ਼ਨ ਹੈਗਾ ਆ ਬੈਂਕਾਂ ਦਾ ਅਤੇ ਕਿਸਾਨ ਯੂਨੀਅਨਸ ਦਾ ਇਜ਼ ਦੇਰ ਐਨੀ ਵੇ ਵਿਦ ਇਨ ਵਿੱਚ ਯੂ ਕੋਲੈਬੋਰੇਟ ਐਂਡ ਵਰਕ ਵਿਦ ਦੈਮ ਦੇਖੋ ਜੀ ਕੋਲੈਬੋਰੇਸ਼ਨ ਕੋਈ ਨਹੀਂ ਹੈ ਲੇਕਿਨ ਕਿਸਾਨ ਯੂਨੀਅਨ ਸਾਨੂੰ ਇਹ ਸਾਡੀ ਹੈਲਪ ਕਰਦੀ ਹੈ ਕਿ ਜਿਹੜੇ ਕਿਸਾਨ ਯੂਨੀਅਨ ਲੀਡਰ ਹੈਗੇ ਉਹ ਅਕਸਰ ਟਾਈਮ ਟੂ ਟਾਈਮ ਜਿਹੜੇ ਜਿਨ੍ਹਾਂ ਨੇ ਕਰਜ਼ੇ ਲੈ ਨੇ ਜਾਂ ਜਿਹੜੇ ਬੰਦੇ ਛੋਟੇ ਕਿਸਾਨ ਨੇ ਜਿਨ੍ਹਾਂ ਨੇ ਕਰਜ਼ੇ ਲਿਆਉਂਦੇ ਆ ਉਹਨਾਂ ਨੂੰ ਕਈ ਵਾਰੀ ਬੈਂਕਾਂ ਦੇ ਕੋਲ ਜਾ ਕੇ ਇਨਫੋਰਮੇਸ਼ਨ ਲੈਂਦੇ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਤੁਸੀਂ ਇਹਨਾਂ ਦੀ ਅਗਲੀ ਫਸਲ ਵਾਸਤੇ ਕਰਜ਼ਾ ਨਾ ਰੋਕੋ ਤੇ ਉਹਨਾਂ ਦੇ ਕਹਿਣ ਤੇ ਥੋੜਾ ਬਹੁਤਾ ਕਰਜ਼ਾ ਦੇ ਦਿੰਦੇ ਨੇ ਫਿਰ ਵੀ ਉਹ ਕਰਜ਼ਾ ਸਿਰ ਚੜ ਜਾਂਦਾ ਹੈ ਲੇਕਿਨ ਉਹ ਇੰਨੀ ਜਲਦੀ ਕਰਜ਼ਾ ਨਹੀਂ ਲੱਥਦਾ ਜਿੰਨੀ ਜਲਦੀ ਉਹਨਾਂ ਨੇ ਲੈ ਕੇ ਉਹਨੂੰ ਅਟੇ ਯੂਟੀਲਾਈਜ਼ ਕਰਦੇ ਆ ਰੀਜ਼ਨ ਇਹ ਹੈ ਕਿ ਜਿੰਨਾ ਪੈਸਾ ਘੱਟ ਅਗਰ ਯੂਟੀਲਾਈਜ਼ ਹੋਏਗਾ ਐ ਨਾਨ ਪ੍ਰੋਡਕਸ਼ਨ ਸੰਤੋਖ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਅਪਡੇਟ ਦੇਣ ਦੇ ਲਈ ਸੋ ਕਾਫੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈਗੀ ਸਾਡੇ ਦਰਸ਼ਕਾਂ ਨੂੰ ਸੋ ਇੱਥੇ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਸੀਗੇ ਜੀ ਸੰਤੋਖ ਸਿੰਘ ਸਾਨੂੰ ਕਾਫੀ ਇਨਫੋਰਮੇਸ਼ਨ ਦੇ ਕੇ ਗਏ ਆ ਬੈਂਕਾਂ ਦੀਆਂ ਸਕੀਮਾਂ ਬਾਰੇ ਬੈਂਕਾਂ ਦੇ ਬਾਰੇ ਕਾਫੀ ਦੱਸਿਆ ਇਹਨਾਂ ਨੇ ਕਿ ਕੀ ਕੀ ਅਸੀਂ ਸਕੀਮਾਂ ਹੁੰਦੀਆਂ ਹੈਗੀਆਂ ਕਿੰਨੀ ਕੁ ਮੋਹਲਤ ਮਿਲਦੀ ਆ ਕਿ ਜਿਹੜੀ ਸਰਕਾਰ ਦੇ ਨਾਲ ਮਿਲ ਕੇ ਕਿਵੇਂ ਅਸੀਂ ਜਿਹੜਾ ਕਰਜ਼ਾ ਮਾਫੀ ਹੋ ਸਕਦੀ ਹੈ ਸੋ ਇਹਦੇ ਇਸ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਹਰਿੰਦਰ ਸਿੰਘ ਦੇ ਨਾਲ ਉਹ ਵੀ ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜਿਹੜੇ ਪਰਿਵਾਰਾਂ ਦੇ ਜਿੰਨੇ ਵੀ ਉਹਨਾਂ ਨੇ ਪਰਿਵਾਰਾਂ ਨੂੰ ਮਿਲੇ ਹੈਗੇ ਆ ਜਿਹੜੇ ਕਿ ਕਿਸਾਨ ਪਰਿਵਾਰ ਜਿਹੜੇ ਕਿ ਇਸ ਮੰਦਹਾਲੀ ਦੇ ਵਿੱਚੋਂ ਲੰਘ ਰਹੇ ਆ ਸੋ ਜਿਵੇਂ ਅਸੀਂ ਗੱਲ ਕਰੀਏ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪੀਰਮ ਦੀ ਜਿਹੜਾ ਬਲਕਾਰ ਸਿੰਘ ਦਾ ਪਰਿਵਾਰ ਹੈਗਾ ਸੋ ਉਸ ਪਰਿਵਾਰ ਨੂੰ ਮਿਲੇ ਹੈਗੇ ਆ ਸੋ ਉਸ ਪਰਿਵਾਰ ਨੇ ਖਾਸ ਤੌਰ 'ਤੇ ਜਿਨ੍ਹਾਂ ਦਾ ਬੱਚਾ 17 ਸਾਲ ਦੀ ਉਮਰ ਦੇ ਵਿੱਚ ਬੇਟਾ ਉਹਨਾਂ ਦਾ ਜਿਹੜਾ ਕਿ ਕਰੰਟ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਬੇਟੀ ਜਿਹੜੀ ਕਿ ਦਾ ਵਿਆਹ ਕਰਨ ਵਾਲਾ ਹੈਗਾ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਘਰ ਦੇ ਵਿੱਚ ਰਾਸ਼ਨ ਬਿਲਕੁਲ
ਆਪਾਂ ਇਹ ਸੋਚ ਸਕਦੇ ਹਾਂ ਕਿ 700 ਰੁਪਏ ਨਾਲ ਅਸੀਂ ਕਿੰਨਾ ਕੁ ਚਿਰ ਘਰ ਦਾ ਜਿਹੜਾ ਖਰਚਾ ਚਲਾ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਦਾ ਯੁੱਗ ਹੈਗਾ, ਮਹਿੰਗਾਈ ਬਹੁਤ ਜ਼ਿਆਦਾ ਆ। ਸੋ ਹਰਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਅਤੇ ਉਹਦੇ ਤੋਂ ਉਹਦੇ ਨਾਲ ਜਾਣਕਾਰੀ ਲਵਾਂਗੇ ਕਿ ਕੀ ਉਸ ਪਰਿਵਾਰ ਦੀ ਜ਼ਰੂਰਤ ਹੈਗੀ ਆ ਸਭ ਤੋਂ ਜ਼ਿਆਦਾ, ਜਿਹੜੀ ਅਸੀਂ ਇਸ ਤੱਕ ਪੂਰੀ ਕਰ ਸਕਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ। ਹਾਂਜੀ ਹਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਦੇ ਸ਼ੋਅ ਦੇ ਵਿੱਚ। ਅਤੇ ਨਾਲ ਹੀ ਅਸੀਂ ਗੱਲਬਾਤ ਕਰ ਰਹੇ ਸੀਗੇ ਅੱਜ ਦੇ ਕਿਸਾਨਾਂ ਦੇ ਖਾਸ ਤੌਰ 'ਤੇ ਜਿਹੜੇ ਅਵੇਅਰਨੈਸ ਵਾਸਤੇ ਪ੍ਰੋਗਰਾਮ ਅੱਜ ਜਿਹੜਾ ਅਸੀਂ ਰੱਖਿਆ ਹੈਗਾ। ਸੋ ਜਿੰਨੇ ਵੀ ਕਿਸਾਨ ਪਰਿਵਾਰਾਂ ਨੂੰ ਤੁਸੀਂ ਮਿਲੇ ਹੈਗੇ ਆ, ਭਾਵੇਂ ਉਹ ਜਸਪਾਲ ਸਿੰਘ ਦੀ ਫੈਮਿਲੀ ਹੋਵੇ, ਭਾਵੇਂ ਉਹ ਬਲਕਾਰ ਸਿੰਘ ਦੀ ਫੈਮਿਲੀ ਹੋਵੇ, ਸੋ ਇਹਨਾਂ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਿਲੇ ਹੈਗੇ ਆ, ਸੋ ਬਲਕਾਰ ਸਿੰਘ ਦੀ ਫੈਮਿਲੀ ਨੂੰ ਤੁਸੀਂ ਰਾਸ਼ਨ ਵੀ ਦੇ ਕੇ ਆਏ ਹੈਗੇ ਆ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ, ਤਾਂ ਜੋ ਸਾਰਿਆਂ ਨੂੰ ਕਲੀਅਰਲੀ ਇਨਫੋਰਮੇਸ਼ਨ ਮਿਲ ਜਾਏ ਕਿ ਕੀ ਉਸ ਫੈਮਿਲੀ ਦਾ ਕਿਵੇਂ ਦੀ ਸਿਚੁਏਸ਼ਨ ਹੈਗੀ ਆ, ਕੀ ਉਹਨਾਂ ਨੂੰ ਜ਼ਰੂਰਤ ਹੈਗੀ ਆ, ਸੋ ਉਹਦੇ ਬਾਰੇ ਤੁਸੀਂ ਦੱਸੋ। ਬਿਲਕੁਲ ਜੀ, ਅਸੀਂ ਬਲਕਾਰ ਸਿੰਘ ਦੀ ਸਟੋਰੀ ਜਿਹੜੀ ਆ ਉਹ ਜਦੋਂ ਪਲੇ ਕੀਤੀ ਸੀ ਤੇ ਉਹਦੇ ਵਿੱਚ ਦੱਸਿਆ ਸੀਗਾ ਕਿ ਉਹਨਾਂ ਦੇ ਬੇਟੇ ਦੀ ਮੌਤ ਜਿਹੜੀ ਕਰੰਟ ਲੱਗਣ ਦੇ ਨਾਲ ਹੋਈ ਆ, ਤੇ ਉਹਨਾਂ ਦੀ ਬੇਟੀ ਜਿਹੜੀ ਆ ਉਸਦਾ ਵਿਆਹ ਉਹਨਾਂ ਨੇ ਕਰਨਾ ਹੈ ਤੇ ਉਹਨਾਂ ਕੋਲ ਪੈਸਾ ਕੋਈ ਨਹੀਂ ਹੈਗਾ ਵਿਆਹ ਵਾਸਤੇ। ਤੇ ਦੂਸਰੀ ਵੱਡੀ ਸਮੱਸਿਆ ਆ ਕਿ ਬਲਕਾਰ ਸਿੰਘ ਖੁਦ ਵੀ ਜਿਹੜੇ ਆ ਕੁਝ ਕਰਨ ਦੇ ਵਾਸਤੇ ਉਹ ਚਾਹੁੰਦੇ ਤਾਂ ਜ਼ਰੂਰ ਸੀ, ਪਰ ਉਹਨਾਂ ਨੂੰ ਪੈਰਾਲਾਈਜ਼ ਆ ਜਿਹਾ ਅਟੈਕ ਹੋਇਆ, ਹੁਣ ਉਹ ਬੈੱਡ ਦੇ ਉੱਤੇ ਹੀ ਆ ਤੇ ਨਾਲ ਉਹਨਾਂ ਦੀਆਂ ਪਸਲੀਆਂ ਦੇ ਉੱਤੇ ਸੱਟ ਲੱਗੀ ਸੀਗੀ। ਸੋ ਅਸੀਂ ਹੁਣ ਉਹਨਾਂ ਦੇ ਕੋਲ ਦੁਬਾਰਾ ਜਦੋਂ ਗਏ ਆ, ਇੱਕ ਤਾਂ ਅਸੀਂ 2.5-3 ਮਹੀਨੇ ਦਾ ਉਹਨਾਂ ਨੂੰ ਰਾਸ਼ਨ ਦੇ ਕੇ ਆਏ ਆ, ਘਰ ਦਾ ਜੋ ਵੀ ਜ਼ਰੂਰਤ ਦਾ ਸਮਾਨ ਆ ਸੌਦਾ ਪੱਤਾ ਜਿਹੜਾ ਆ ਉਹ ਦੇ ਕੇ ਆਏ ਆ, ਉਸ ਦੇ ਨਾਲ ਨਾਲ ਅਸੀਂ ਕੁਝ ਪੈਸੇ ਜਿਹੜੇ ਆ ਉਹ ਉਹਨਾਂ ਨੂੰ ਦੇ ਕੇ ਆਏ ਆ। ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਦਵਾਈ ਜਿਹੜੀ ਆ ਉਹ ਲੈਂਦੇ ਆ ਬਰਨਾਲੇ ਵਾਲੀ ਸਾਈਡ ਤੋਂ ਕਿਤੇ ਜਾ ਕੇ, ਉਹ ਦਵਾਈ ਜਿਹੜੀ ਪਹਿਲਾਂ ਵੀ ਉਹਨਾਂ ਨੇ ਖਾਧੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਫਰਕ ਸੀਗਾ ਪਰ ਪੈਸੇ ਨਾ ਹੋਣ ਕਰਕੇ ਅਸੀਂ ਦਵਾਈ ਨਹੀਂ ਲੈ ਸਕੇ। ਸੋ ਇਸ ਕਰਕੇ ਹੁਣ ਅਸੀਂ ਪੈਸੇ ਉਹਨਾਂ ਨੂੰ ਦੇ ਕੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਸਪੈਸ਼ਲ ਗੱਡੀ ਕਰਕੇ ਜਿਹੜਾ ਆ ਉਹ ਬਲਕਾਰ ਸਿੰਘ ਨੂੰ ਲੈ ਕੇ ਜਾਣਾ ਪੈਂਦਾ, ਕਿਉਂਕਿ ਉਹਨਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਬੱਸ ਦੇ ਵਿੱਚ ਸਫ਼ਰ ਜਿਹੜਾ ਆ ਉਹ ਕਰ ਸਕਣ ਜੀ। ਸੋ ਉਹਨਾਂ ਨੂੰ ਅਸੀਂ ਜਿਹੜੇ ਆ ਉਹ ਦਵਾਈ ਵਾਸਤੇ ਜਿਹੜੇ ਆ 2 ਵਾਰਾਂ ਦੀ ਦਵਾਈ ਦੇ ਪੈਸੇ ਜਿਹੜੇ ਆ ਉਹ ਦੇ ਕੇ ਆਏ ਆ, ਤੇ ਉਹਨਾਂ ਨੇ ਇਸ ਚੀਜ਼ ਦਾ ਸੰਗਤਾਂ ਦਾ ਧੰਨਵਾਦ ਕੀਤਾ ਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਜਿਹੜਾ ਆ ਤੇ ਸਿੱਖ ਚੈਨਲ ਏਡ ਨੇ ਸਟੋਰੀ ਜਿਹੜੀ ਆ ਦਿਖਾਈ ਆ ਤਾਂ ਸੰਗਤਾਂ ਨੂੰ ਪਤਾ ਲੱਗਿਆ ਤੇ ਉਹਨਾਂ ਤੱਕ ਇਹ ਮਦਦ ਜਿਹੜੀ ਪਹੁੰਚੀ ਆ ਤੇ ਘਰੇ ਖਾਣ ਵਾਸਤੇ ਜਿਹੜਾ ਰਾਸ਼ਨ ਆ ਉਹ ਉਹਨਾਂ ਦੇ ਪਹੁੰਚਾਇਆ। ਸੋ ਉਹਨਾਂ ਨੇ ਹੁਣ ਬੇਨਤੀ ਇਹ ਕੀਤੀ ਆ ਕਿ ਸਾਨੂੰ ਜਿਹੜੇ ਦਵਾਈ ਦੇ ਪੈਸੇ ਆ ਉਹ ਵੀ ਸ਼ਾਇਦ ਉਹਨਾਂ ਦੇ ਹੋਰ ਅਜੇ ਲੱਗਣੇ ਆ ਪੈਸੇ ਦਵਾਈ ਦੇ, ਉਹਨਾਂ ਨੇ ਉਹ ਵੀ ਮੰਗ ਕੀਤੀ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਬੇਟੀ ਵਾਸਤੇ ਜਿਹੜਾ ਆ ਉਹ ਪੈਸਿਆਂ ਦੀ ਜ਼ਰੂਰਤ ਆ ਵਿਆਹ ਵਾਸਤੇ। ਸੋ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਤੁਸੀਂ ਲੜਕਾ ਜਿਹੜਾ ਆ ਉਹ ਦੇਖਣਾ ਸ਼ੁਰੂ ਕਰੋ, ਇਹ ਵੀ ਸੰਗਤਾਂ ਜਿਹੜੀਆਂ ਜ਼ਰੂਰ ਸਹਿਯੋਗ ਕਰਨਗੀਆਂ ਕਿ ਬੇਟੀ ਦਾ ਵਿਆਹ ਜਿਹੜਾ ਆ ਉਹ ਸਹੀ ਤਰੀਕੇ ਨਾਲ ਜਿਹੜਾ ਆ ਉਹ ਹੋ ਜਾਏਗਾ। ਜੀ, ਤੇ ਉਹਦੇ ਬਲਕਾਰ ਸਿੰਘ ਦੇ ਇਲਾਜ ਬਾਰੇ ਜਿਵੇਂ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਆਲਰੇਡੀ ਉਹ ਦੱਸ ਰਹੇ ਆ ਕਿ ਉਹਨਾਂ ਦਾ ਕਿਸੇ ਜਗ੍ਹਾ ਤੇ ਇਲਾਜ ਚੱਲ ਰਿਹਾ, ਜਿਹੜਾ ਕਿ ਪ੍ਰੋਪਰ ਹਸਪੀਟਲ ਨਹੀਂ ਆਪਾਂ ਕਹਿ ਸਕਦੇ ਕਿ ਜਿੱਦਾਂ ਛੋਟੇ ਮੋਟੇ ਹਸਪੀਟਲ ਤੋਂ ਇਲਾਜ ਕਰਵਾ ਰਹੇ ਆ, ਤੋ ਇਲਾਜ ਜਿਵੇਂ ਟੈਂਪਰੇਰੀ ਆਪਾਂ ਕਹਿ ਸਕਦੇ ਹਾਂ ਕਿ ਘੱਟ ਖਰਚਾ ਹੋਣ ਕਰਕੇ ਪੈਸੇ ਨਾ ਹੋਣ ਕਰਕੇ ਜਿਹੜਾ ਉਹ ਆਪਣਾ ਕਰਵਾ ਰਹੇ ਆ, ਪਰ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਕਿਸੇ ਵਧੀਆ ਹਸਪਤਾਲ ਦੇ ਵਿੱਚ ਅਸੀਂ ਉਹਨਾਂ ਦਾ ਇਲਾਜ ਕਰਵਾ ਸਕੀਏ, ਉਹਨਾਂ ਨੂੰ ਵਧੀਆ ਟ੍ਰੀਟਮੈਂਟ ਮਿਲ ਸਕੇ ਤਾਂ ਜੋ ਜਲਦੀ ਠੀਕ ਹੋ ਸਕਣ? ਬਿਲਕੁਲ ਜੀ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਆ, ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਤੁਹਾਨੂੰ ਅਸੀਂ ਵੀ ਲੈ ਕੇ ਜਾ ਸਕਦੇ ਹਾਂ ਅੰਮ੍ਰਿਤਸਰ, ਜਿਹੜਾ ਆ ਉਹ ਵੱਡਾ ਸ਼ਹਿਰ ਆ, ਇੱਥੇ ਵੀ ਬਹੁਤ ਹਸਪੀਟਲ ਹੈਗੇ ਆ, ਜੇਕਰ ਉਹ ਤਰਨ ਤਾਰਨ ਤੋਂ ਕਰਵਾਉਣਾ ਚਾਹੁੰਦੇ ਆ ਤਾਂ ਉੱਥੇ ਵੀ ਹੈਗੇ ਆ। ਪਰ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇੱਕ ਬੰਦੇ ਨੂੰ ਇਹੀ ਸਮੱਸਿਆ ਜਿਹੜੀ ਪੈਰਾਲਾਈਜ਼ ਦਾ ਅਟੈਕ ਹੋਇਆ ਸੀਗਾ, ਤੇ ਉਸਨੇ ਉਸ ਜਗ੍ਹਾ ਤੋਂ ਦਵਾਈ ਲਈ ਸੀ, ਬਰਨਾਲੇ ਦੇ ਲਾਗੇ ਕੋਈ ਦਵਾਈ ਦਿੰਦਾ ਆ, ਉੱਥੋਂ ਇਹ ਦਵਾਈ ਜਿਹੜੀ ਆ ਲੈਂਦੇ ਆ, ਤਾਂ ਉਹਨਾਂ ਨੇ ਕਿਹਾ ਕਿ ਉਹ ਠੀਕ ਹੋ ਗਿਆ ਸੀਗਾ, ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਉੱਥੋਂ ਹੀ ਦਵਾਈ ਜਿਹੜੀ ਲਈ ਹੈ। ਕਹਿੰਦੇ ਕਿ ਅਸੀਂ ਪਹਿਲਾਂ ਵੀ ਉੱਥੋਂ ਦਵਾਈ ਲਿਆਉਂਦੇ ਰਹੇ ਤੇ ਸਾਨੂੰ ਉਹਦੇ ਨਾਲ ਫਰਕ ਸੀਗਾ, ਫਿਰ ਅਸੀਂ ਉਹਨਾਂ ਨਾਲ ਜ਼ਿਆਦਾ ਜਿਹੜੀ ਆ ਉਹ ਜਿੱਦ ਨਹੀਂ ਕੀਤੀ ਕਿ ਤੁਹਾਨੂੰ ਅਸੀਂ ਆਪਣੇ ਤੌਰ ਤੇ ਦਿਖਾਉਣਾ, ਕਿਉਂਕਿ ਫਿਰ ਬੰਦੇ ਦਾ ਜਿੱਥੇ ਮਨ ਹੋਵੇ ਉੱਥੋਂ ਜੇਕਰ ਉਹ ਦਵਾਈ ਲੈਂਦਾ ਤਾਂ ਉਸਨੂੰ ਜਿਹੜਾ ਫਰਕ ਆ ਉੱਥੋਂ ਹੀ ਪੈਂਦਾ ਵਾ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਜੀ। ਹਾਂਜੀ ਹਰਿੰਦਰ ਸਿੰਘ ਜੀ, ਜੇ
ਫੈਮਿਲੀ ਦੀ ਗੱਲ ਛੱਡ ਕੇ ਜਦ ਤੁਸੀਂ ਸੁਣਿਆ ਕਿ ਸੰਤੋਖ ਸਿੰਘ ਜੀ ਨੇ ਜਦੋਂ ਸਾਡੇ ਨਾਲ ਗੱਲ ਕੀਤੀ, ਇਕਰਾਂ ਨੇ ਗੱਲ ਕਹੀ ਕਿ ਜਦੋਂ ਕਾਂਗਰਸ ਸਰਕਾਰ ਆਈ ਸੀਗੀ ਪਾਵਰ ਦੇ ਵਿੱਚ, ਉਦੋਂ ਜੋ ਵੀ ਉਹਨਾਂ ਨੇ ਲੋਕ ਸਭਾ ਦੇ ਵਿੱਚ ਅਤੇ ਆਪਣੇ ਇਲੈਕਸ਼ਨ ਰੈਲੀਜ਼ ਦੇ ਵਿੱਚ ਜੋ ਵੀ ਉਹਨਾਂ ਨੇ ਸਕੀਮਸ ਦੱਸੀਆਂ ਸੀਗੀਆਂ ਕਿ ਪਰ ਏਕਰ ਲੈਂਡ ਦੇ ਅਕੋਰਡਿੰਗ ਅਸੀਂ ਲੋਨਸ ਕੈਲਕੂਲੇਟ ਕਰਕੇ ਫਿਰ ਉਹਦੀ ਮਾਫ਼ੀ ਕਰ ਸਕਦੇ ਹੈਗੇ ਹਾਂ, ਐਂਡ ਜਦੋਂ ਕੋਈ ਸਮਾਲ ਸਕੇਲ ਫਾਰਮਰ ਹੋਏ ਤਾਂ ਅਸੀਂ ਉਹਨਾਂ ਨੂੰ ਕੰਪਲੀਟ ਜਿਹੜਾ ਵੇਵਰ ਦੇ ਸਕਦੇ ਹੈਗੇ ਹਾਂ। ਇੱਦਾਂ ਦੀ ਉਹਨਾਂ ਨੇ 4-5 ਸਕੀਮਸ ਜਿਹੜੀਆਂ ਨਿਊ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਸੀਗਾ, ਐਂਡ ਓਫਿਸ਼ੀਅਲੀ ਵੀ ਉਹਨਾਂ ਨੇ ਕਿਹਾ ਸੀਗਾ ਲੋਕ ਸਭਾ ਦੇ ਅੰਦਰ, ਬਟ ਅੱਜ ਤੱਕ ਇੱਦਾਂ ਦਾ ਕੁਛ ਵੀ ਇੰਟਰੋਡਿਊਸ ਨਹੀਂ ਕੀਤਾ ਆ। ਜਿਹੜਾ ਉਹ ਪ੍ਰਪੋਜ਼ਲ ਆ ਅੱਜ ਵੀ RBI ਦੇ ਵਿੱਚ ਹੀ ਪਿਆ ਹੈਗਾ, ਔਰ ਉਹ ਮਤਲਬ ਇੰਟਰੋਡਿਊਸ ਬੈਂਕ 'ਚ ਨਹੀਂ ਕੀਤਾ ਹੈਗਾ, ਤਾਂ ਇੱਕ ਤਰ੍ਹਾਂ ਦਾ ਆਈ ਓਪਨਰ ਹੀ ਹੈਗਾ ਆ। ਆਫਟਰ ਲਿਸਨਿੰਗ ਟੂ ਆਲ ਦੀਸ ਪ੍ਰੋਮਿਸਿਸ, ਜਿਹੜੇ ਲੋਕ ਹੁੰਦੇ ਆ ਉਹ ਵੋਟ ਪਾ ਦਿੰਦੇ ਨੇ, ਲੇਕਿਨ ਉਹਦੇ ਬਾਅਦ ਕੋਈ ਰਿਜ਼ਲਟ ਉਹਦਾ ਆਉਂਦਾ ਨਹੀਂ ਆ। ਅਤੇ ਤੁਸੀਂ ਇਹਦੇ ਬਾਰੇ ਦੱਸੋ ਕਿ ਅੱਜ ਤੱਕ ਜਿੰਨੇ ਵੀ ਫਾਰਮਰਸ ਦੇ ਨਾਲ ਤੁਸੀਂ ਇੰਟਰਵਿਊ ਕੀਤੀ ਹੈਗੀ ਆ, ਉਹਨਾਂ ਦਾ ਕੀ ਵਿਚਾਰ ਸੀਗਾ? ਵਰਡ ਹੈ ਹੋਪਸ ਹਾਏ ਕਿ ਨਿਊ ਸਰਕਾਰ ਆਏਗੀ, ਉਹਨਾਂ ਨੇ ਇਹ ਪ੍ਰੋਮਿਸ ਕੀਤਾ ਆ ਅਤੇ ਸਾਡਾ ਸ਼ਾਇਦ ਲੋਨ ਮਾਫ਼ ਹੋ ਜਾਏ, ਅਤੇ ਉਹਨਾਂ ਨੂੰ ਕੋਈ ਉਮੀਦ ਸੀਗੀ? ਦੇਖੋ ਜੀ, 10 ਸਾਲ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਰਹੀ ਆ, ਤੇ ਬਹੁਤ ਜ਼ਿਆਦਾ ਖੁਦਕੁਸ਼ੀਆਂ ਉਦੋਂ ਹੋਈਆਂ ਸੀਗੀਆਂ। 10 ਸਾਲਾਂ ਤੋਂ ਬਾਅਦ ਦੇ ਵਿੱਚ ਜਦੋਂ ਨੈਕਸਟ ਇਲੈਕਸ਼ਨ ਹੋਣੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਜਿਹੜੇ ਬੈਂਕਾਂ ਦੇ ਕਰਜ਼ੇ ਆ ਉਹ ਵੀ ਮਾਫ਼ ਕਰਾਂਗੇ, ਉਸ ਦੇ ਨਾਲ ਨਾਲ ਆੜ੍ਹਤੀਆਂ ਦੇ ਕੋਲੋਂ ਵੀ ਜਿਹੜਾ ਤੁਸੀਂ ਪੈਸਾ ਲਿਆ ਆ ਉਹ ਵੀ ਸਾਡੀ ਸਰਕਾਰ ਦਊਗੀ। ਪਰ ਇਹ ਵਾਅਦੇ ਤਾਂ ਕਰਕੇ ਲੋਕਾਂ ਦੀਆਂ ਵੋਟਾਂ ਲੈ ਲਈਆਂ ਗਈਆਂ। ਉਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕ ਵੀ ਗਿਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਕੁਝ ਮਹੀਨੇ ਪਹਿਲਾਂ ਇਹ ਗੱਲ ਕੀਤੀ। ਪਰ ਬਾਅਦ ਦੇ ਵਿੱਚ ਜਦੋਂ ਉਹ ਸਰਕਾਰ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਕਿਹਾ ਕਿ ਵੀ ਖਜ਼ਾਨਾ ਖਾਲੀ, ਅਸੀਂ ਵਾਅਦਾ ਕਰ ਬੈਠੇ ਸੀਗੇ, ਸਾਨੂੰ ਨਹੀਂ ਸੀ ਪਤਾ ਕਿ ਖਜ਼ਾਨਾ ਖਾਲੀ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕ੍ਰਾਈਟੀਰੀਆ ਜਿਹੜਾ ਆ ਉਹ ਲਿਖਿਆ ਆ ਕਿ ਇਸ ਕ੍ਰਾਈਟੀਰੀਆ ਦੇ ਤਹਿਤ ਅਸੀਂ ਕਰਜ਼ਾ ਮਾਫ਼ ਕਰਾਂਗੇ। ਪਹਿਲਾਂ ਉਹਨਾਂ ਨੇ ਕਿਹਾ ਕਿ 1.5 ਤੋਂ 2 ਏਕੜ ਵਾਲਿਆਂ ਦਾ ਜਿਹੜਾ 2-2 ਲੱਖ ਮਾਫ਼ ਹੋਏਗਾ। ਐਵਰੇਜ ਕਰਜ਼ੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰੇਕ ਕਿਸਾਨ ਦੇ ਸਿਰ ਤੇ 10 ਲੱਖ ਦਾ ਕਰਜ਼ਾ ਹੈ। ਜੇ ਐਵਰੇਜ ਗੱਲ ਕਰੀਏ 8-10 ਲੱਖ ਦਾ ਕਰਜ਼ਾ ਜਿਹੜਾ ਆ ਉਹ ਹੈਗਾ ਆ। ਸੋ ਉਹਨਾਂ ਨੇ ਜਿਹੜਾ ਆ ਉਹ 2-2 ਲੱਖ ਰੁਪਇਆ ਮਾਫ਼ ਕੀਤਾ, ਕੁਝ ਦਾ ਹੋਇਆ ਕੁਝ ਦਾ ਨਹੀਂ ਹੋਇਆ। ਉਸ ਦੇ ਵਿੱਚ ਵੀ ਇੱਕ ਘੁੰਡੀ ਸੀਗੀ ਜਿਹੜਾ 2-2 ਲੱਖ ਵੀ ਮਾਫ਼ ਕੀਤਾ ਕਿ ਜਿਹਨਾਂ ਦਾ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਹੈਗਾ ਆ ਉਹ ਨੀ ਸਰਕਾਰ ਦੇਗੀ। ਹੁਣ ਜਿਵੇਂ ਅਸੀਂ ਪਹਿਲੀ ਫੈਮਿਲੀ ਕੀਤੀ ਸੀ, ਜਰਨੈਲ ਸਿੰਘ ਦਾ ਪਰਿਵਾਰ ਸੀਗਾ ਜਿਹੜਾ, ਜਿਸ ਦੀ ਮੌਤ ਜਿਹੜੀ ਆ ਉਹ 1 ਮਈ ਨੂੰ ਹੋਈ ਆ, ਜਿਸ ਦਿਨ ਲੇਬਰ ਡੇ ਦੇ ਤੌਰ ਤੇ ਜਿਹਨੂੰ ਮਨਾਇਆ ਜਾਂਦਾ, ਉਹਨਾਂ ਦਾ ਬੈਂਕ ਦਾ ਕਰਜ਼ਾ ਇੱਕ ਪ੍ਰਾਈਵੇਟ ਬੈਂਕ ਦਾ ਸੀਗਾ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਕਰਜ਼ਾ ਇਸ ਕਰਕੇ ਨਹੀਂ ਮਾਫ਼ ਹੋ ਸਕਿਆ ਕਿ ਇਹ ਪ੍ਰਾਈਵੇਟ ਬੈਂਕ ਦੇ ਕੋਲੋਂ ਉਹਨਾਂ ਨੇ ਕਰਜ਼ਾ ਲਿਆ ਸੀ। ਕੁਝ ਕਿਸਾਨ ਵੀ ਇਸ ਤਰ੍ਹਾਂ ਹੈਗੇ ਆ ਜਿਹਨਾਂ ਨੂੰ ਕਰਜ਼ਾ ਲੈਣ ਦੇ ਵੇਲੇ ਇਹ ਗੱਲ ਪਤਾ ਨਹੀਂ ਹੁੰਦੀ ਕਿ ਇਸ ਦੇ ਉੱਤੇ ਉਹਨਾਂ ਨੇ ਕਿੰਨਾ ਵਿਆਜ ਸਾਡੇ ਕੋਲ ਇੰਟਰਸਟ ਜਿਹੜਾ ਆ ਉਹ ਕਿੰਨਾ ਲੈਣਾ ਆ, ਕਿੰਨੇ ਚਿਰ ਚ ਕਰਜ਼ਾ ਉਤਰਨਾ ਆ। ਉਦੋਂ ਉਹਨਾਂ ਨੂੰ ਬਸ ਇਹੀ ਗੱਲ ਹੁੰਦੀ ਆ ਕਿ ਸਾਨੂੰ ਇੱਕ ਵਾਰ ਪੈਸੇ ਮਿਲ ਜਾਣ ਫਿਰ ਆਪੇ ਉਤਰਦੇ ਰਹਿਣਗੇ। ਸੋ ਇਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਆ ਉਹ ਹੁਣ ਵੀ ਕਹਿ ਰਹੀ ਆ ਕਿ ਅਸੀਂ ਪੈਸੇ ਜਿਹੜੇ ਆ ਉਹ ਮਾਫ਼ ਕਰਾਂਗੇ, ਪਰ ਇੱਕ 2-2 ਲੱਖ ਰੁਪਇਆ ਕਰਕੇ ਹੀ ਮਾਫ਼ ਹੋਏਗਾ ਜੇ ਪੈਸਾ ਸਰਕਾਰ ਕੋਲ ਨਹੀਂ ਹੈਗਾ। ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਲਾਨ ਤਾਂ ਕਰ ਦਿੱਤਾ ਆ ਕਿ ਕਿਸਾਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ, ਪਰ ਉਹ ਇੰਪਲੀਮੈਂਟ ਕਦੋਂ ਹੁੰਦੀ ਆ ਕਹਿ ਦਿੱਤਾ ਜਾਂਦਾ, ਪਰ ਉਹ ਇੰਪਲੀਮੈਂਟ ਕਦੋਂ ਹੁੰਦਾ, ਕਦੋਂ ਸਰਕਾਰ ਉਹ ਸਕੀਮ ਸ਼ੁਰੂ ਕਰਦੀ ਆ ਇਹਦਾ ਅਜੇ ਕੋਈ ਵੀ ਪਤਾ ਨਹੀਂ। ਸੋ ਹਰਿੰਦਰ ਜੀ ਗੱਲ ਕਰੀਏ, ਜਿਵੇਂ ਹੁਣ ਅਸੀਂ ਸਰਕਾਰ ਦੀ ਗੱਲ ਕਰਦੇ ਆ, ਸਰਕਾਰ ਤੋਂ ਅਸੀਂ ਉਮੀਦ ਨਹੀਂ ਲਾ ਸਕਦੇ ਕਿ ਉਹ ਜਿਹੜੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਜਿਹੜਾ ਉਹ ਜਲਦੀ ਖਤਮ ਹੋ ਕਰ ਸਕਦੇ ਆ, ਜਾਂ ਫਿਰ ਜਿਵੇਂ ਕਿ ਉਹਨਾਂ ਵੱਲੋਂ ਤਾਂ ਸਿਰਫ ਸੱਤਾ ਦੀ ਕੁਰਸੀ ਦਾ ਹੀ ਉਹਨਾਂ ਨੂੰ ਹੁੰਦਾ ਕਿ ਸਾਡੀ ਕੁਰਸੀ ਬਚੀ ਰਵੇ, ਉਹਦੇ ਵਾਸਤੇ ਅਸੀਂ ਜਿੰਨੇ ਮਰਜ਼ੀ ਸਾਨੂੰ ਵਾਅਦੇ ਕਰਨੇ ਪੈਣ ਅਸੀਂ ਕਰੀਏ, ਬਾਅਦ ਵਿੱਚ ਠੀਕ ਆ ਕਹਿ ਦਿਆਂਗੇ ਕਿ ਖਜ਼ਾਨਾ ਖਾਲੀ ਆ। ਪਰ ਜੇ ਦੂਸਰੀ ਤੌਰ 'ਤੇ ਗੱਲ ਕਰੀਏ ਕਿਸਾਨ ਯੂਨੀਅਨਾਂ ਦੀ, ਸੋ ਕਿਸਾਨ ਯੂਨੀਅਨਾਂ ਵੱਲੋਂ ਕੋਈ ਐਸੇ ਉਪਰਾਲੇ ਕੀਤੇ ਜਾ ਰਹੇ ਆ ਕਿ ਜਿਹੜੇ ਕਿਸਾਨਾਂ ਨੂੰ ਅਵੇਅਰਨੈਸ ਦਿੱਤੀ ਜਾਵੇ ਕਿ ਕਿਵੇਂ ਉਹ ਇਹਨਾਂ ਸਾਰੀਆਂ ਠੱਗੀਆਂ ਤੋਂ ਬਚ ਸਕਦੇ ਆ, ਜਿਹੜੇ ਉਹ ਬੈਂਕਾਂ ਦੀ ਪ੍ਰੋਬਲਮਸ ਹੈਗੀ ਆ ਜਾਂ ਜਿਹੜੀਆਂ ਫਸਲਾਂ ਦੀ ਪ੍ਰੋਬਲਮ ਹੈਗੀ ਆ। ਹੁਣ ਜਿਵੇਂ ਸਿੱਖ ਚੈਨਲ ਏਡ ਨੇ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈਗਾ ਕਿ ਉਹਨਾਂ ਨੂੰ ਦੱਸਣ ਦਾ ਕਿ ਕਿਹੜੀ ਫਸਲ ਤੁਹਾਨੂੰ ਬੀਜਣੀ ਚਾਹੀਦੀ ਆ ਜਿਹਦੇ ਕਰਕੇ ਤੁਹਾਨੂੰ ਜ਼ਿਆਦਾ ਪੈਦਾਵਾਰ ਹੋਣੀ ਆ, ਪਾਣੀ ਦੀ ਖਪਤ ਤੁਸੀਂ ਕਿੰਨੀ ਕਰਨੀ ਹੈਗੀ ਆ, ਕਿਹੜੀ ਫਸਲ ਦਾ ਤੁਹਾਨੂੰ ਜ਼ਿਆਦਾ ਫਾਇਦਾ ਹੋਣਾ, ਅਤੇ ਕਰਜ਼ਾ ਕਿਹੜੀ ਕਿਵੇਂ ਦੀਆਂ ਬੈਂਕਾਂ ਤੋਂ ਲੈਣਾ ਚਾਹੀਦਾ, ਜਾਂ ਕਿੰਨਾ ਤੁਸੀਂ ਆਪਦੀ ਫਸਲ 'ਤੇ ਲੈ ਸਕਦੇ ਆ, ਜ਼ਮੀਨ 'ਤੇ ਲੈ ਸਕਦੇ ਆ। ਸੋ ਇਹਦੇ ਬਾਰੇ ਕੋਈ ਕਿਸਾਨ ਯੂਨੀਅਨ ਜਾਂ ਕੋਈ ਹੋਰ ਜਥੇਬੰਦੀਆਂ ਕੁਛ ਅਜਿਹਾ ਕਰ ਰਹੀਆਂ? ਦੇਖੋ ਜੀ, ਕਿਸਾਨ ਯੂਨੀਅਨ ਜਿਹੜੀਆਂ ਹੈਗੀਆਂ ਆ ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਆ ਉਹ ਸਿਰਫ ਤੇ ਸਿਰਫ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਕਰਦੀਆਂ ਨੇ
ਕਿ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ, ਕਿਸਾਨਾਂ ਨੂੰ ਸਹੂਲਤ ਦਿੱਤੀ ਜਾਵੇ, ਕਿਸਾਨਾਂ ਦਾ ਪਿਛਲਾ ਕਰਜ਼ਾ ਜਿਹੜਾ ਆ ਉਹ ਸਾਰਾ ਮਾਫ਼ ਕਰ ਦਿਓ ਤੁਸੀਂ। ਜੇ ਕਰਜ਼ਾ ਨੀ ਮਾਫ਼ ਕਰ ਸਕਦੇ ਤਾਂ ਕਿਸਾਨਾਂ ਦਾ ਜਿਹੜੀ ਫਸਲ ਆ ਉਹ ਜਿੰਨਾ ਉਹਨਾਂ ਦਾ ਖਰਚਾ ਲੱਗਦਾ ਆ ਉਸ ਤੋਂ ਵੱਧ ਪੈਸੇ ਜਿਹੜੇ ਆ ਉਹਨਾਂ ਨੂੰ ਦਿੱਤੇ ਜਾਣ, ਇਹ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਉਹਨਾਂ ਦਾ ਖਰਚਾ ਜਿਹੜਾ ਕਿੰਨਾ ਲੱਗਾ, ਕਿੰਨੀ ਉਹਦੇ ਤੇ ਖਾਦ ਪਈ ਆ, ਕਿੰਨੀ ਸਪਰੇ ਹੋਈ ਆ, ਕੀ ਕੁਛ ਹੋਇਆ, ਸਾਰਾ ਉਹ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਸਾਰਾ ਕੁਛ ਹੈਗਾ ਆ ਕਿ ਕਿਸਾਨਾਂ ਨੂੰ ਕਿੰਨੇ ਪੈਸੇ ਜਿਹੜੇ ਆ ਉਹ ਦਿੱਤੇ ਜਾਣੇ ਚਾਹੀਦੇ ਆ। ਪਰ ਸਰਕਾਰਾਂ ਜਿਹੜੀਆਂ ਆ ਉਹ ਚੀਜ਼ ਲਾਗੂ ਨਹੀਂ ਕਰਦੀਆਂ। ਸਰਕਾਰ ਸੈਂਟਰ ਦੀ ਇਹ ਕਹਿੰਦੀ ਆ ਕਿ ਜੇਕਰ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਦੇ ਹਾਂ ਜਾਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਦੇ ਹਾਂ ਤੇ ਸਾਡੇ ਨਾਲ ਵਪਾਰੀ ਵਰਗ ਜਿਹੜਾ ਆ ਉਹ ਨਾਰਾਜ਼ ਹੁੰਦਾ ਆ ਕਿ ਫਿਰ ਸਾਡੇ ਵੀ ਕਰਜ਼ੇ ਤੁਸੀਂ ਮਾਫ਼ ਕਰੋ। ਪਰ ਇਹ ਇੱਕ ਸਰਕਾਰ ਦਾ ਬਹਾਨਾ ਆ ਕਿਉਂਕਿ ਪਿਛਲੀ ਟਰਮ ਦੇ ਵਿੱਚ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਬੀਜੇਪੀ ਦੀ ਉਹਨਾਂ ਨੇ ਵਪਾਰੀਆਂ ਦਾ ਕਰਜ਼ਾ ਤੇ ਮਾਫ਼ ਕਰ ਦਿੱਤਾ। ਬਹੁਤ ਸਾਰੇ ਵੱਡੇ ਵੱਡੇ ਵਪਾਰੀ ਇੱਥੋਂ ਬੈਂਕਾਂ ਦੇ ਕੋਲੋਂ 9,000 ਕਰੋੜ ਦਾ ਕਰਜ਼ਾ ਵਿਜੇ ਮਾਲੀਆ ਲੈ ਕੇ ਯੂਕੇ ਬੈਠਾ ਆ, ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਇੱਥੋਂ ਕਰਜ਼ਾ ਲੈ ਕੇ ਜਿਹੜੇ ਆ ਜਾ ਚੁੱਕੇ ਆ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਵਾਪਸ ਭਾਰਤ ਨਹੀਂ ਲਿਆ ਸਕੀ। ਪਰ ਇਹ ਗਰੀਬ ਕਿਸਾਨ ਆ ਜਿਹੜੇ ਉਹ ਗੱਲ ਕਰੀਏ ਉਹਨਾਂ ਦੀ ਤਾਂ ਉਹਨਾਂ ਦੇ ਚਾਹੇ ਸਿਰ ਦੇ ਉੱਤੇ 2 ਲੱਖ ਜਾਂ 4 ਲੱਖ ਜਾਂ 6 ਲੱਖ ਦਾ ਕਰਜ਼ਾ ਆਇਆ ਤਾਂ ਉਹਨਾਂ ਨੂੰ ਨੋਟਿਸ ਆਉਂਦੇ ਆ, ਉਹ ਵਿਚਾਰਿਆਂ ਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਦੇ ਸਕਣ ਪੈਸੇ। ਸੋ ਇਸ ਕਰਕੇ ਉਹ ਪ੍ਰੈਸ਼ਰ ਦੇ ਵਿੱਚ ਜਾਂ ਤਾਂ ਕੋਈ ਨਸ਼ਾ ਕਰਨ ਲੱਗ ਜਾਂਦਾ ਜਾਂ ਫਿਰ ਕੋਈ ਕੁਝ ਨਾ ਕੋਈ ਜ਼ਹਿਰੀਲੀ ਚੀਜ਼ ਖਾ ਲੈਂਦਾ ਜਾਂ ਨਹਿਰ ਚ ਛਾਲ ਮਾਰ ਦਿੰਦਾ ਜਾਂ ਗਲੇ ਦੇ ਵਿੱਚ ਫੰਦਾ ਲਾ ਕੇ ਜਿਹੜਾ ਉਹ। ਕਿਸਾਨ ਯੂਨੀਅਨ ਜਿਹੜੇ ਉਹਨਾਂ ਦਾ ਮੇਨ ਰੋਲ ਹੈਗਾ ਹੈ ਕਿ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਏ। ਤੁਸੀਂ ਆਪ ਜਾ ਕੇ ਜਿਹੜੀ ਮੰਡੀਆਂ ਨੇ ਉੱਥੇ ਜਾ ਕੇ ਤੁਸੀਂ ਗੱਲ ਕੀਤੀ ਆ, ਤੁਸੀਂ ਫਾਰਮਰਾਂ ਦੇ ਨਾਲ ਵੀ ਜਾ ਕੇ ਕਿਸਾਨਾਂ ਨਾਲ ਜਾ ਕੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹੈਗੇ ਆ। ਪਹਿਲਾਂ ਜਦੋਂ ਅਸੀਂ ਸ਼ੋਅ ਕੀਤਾ ਹੈਗਾ ਅਸੀਂ ਦੱਸਿਆ ਆ ਕਿ ਜਿਹੜਾ ਇਨਪੁੱਟ ਹੈਗੀ ਆ ਜਿਹੜਾ ਖਰਚਾ ਆਉਂਦਾ ਆ ਜਿੱਦਾਂ ਕਿ ਫਰਟੀਲਾਈਜ਼ਰਸ ਪੈਸਟੀਸਾਈਡਸ ਬਾਏ ਕਰਨ ਵਾਸਤੇ ਜਾਂ ਫਿਰ ਟਰੈਕਟਰਸ ਬਾਏ ਕਰਨ ਵਾਸਤੇ ਜਿਹੜੇ ਰਿਸੋਰਸਿਸ ਹੈਗੇ ਨੇ ਖੇਤੀ ਕਰਨ ਦੇ ਉਹਦੇ ਵਿੱਚ ਜਿਹੜਾ ਇਨਪੁੱਟ ਲਾਉਂਦਾ ਆ ਕਿਸਾਨ, ਆਊਟਪੁੱਟ ਜਦੋਂ ਮੰਡੀਆਂ 'ਚ ਜਾ ਕੇ ਉਹਨੂੰ ਵੇਚਣਾ ਹੁੰਦਾ ਉਨਾ ਨਹੀਂ ਮਿਲਦਾ। ਤੁਸੀਂ ਹੁਣੇ ਗੱਲ ਕੀਤੀ ਕਿ ਇਸੇ ਗੱਲ ਨੂੰ ਫਾਈਟ ਕਰਦਾ ਕਿਸਾਨ ਯੂਨੀਅਨ, ਤੁਸੀਂ ਆੜ੍ਹਤੀਆਂ ਨਾਲ ਵੀ ਗੱਲ ਕੀਤੀ ਆ, ਦੋਨੋਂ ਪੁਆਇੰਟ ਆਫ ਵਿਊ ਤੋਂ ਦੱਸੋ ਕਿ ਤੁਸੀਂ ਜਦੋਂ ਮੰਡੀਆਂ 'ਚ ਗੱਲ ਕੀਤੀ ਉਹਨਾਂ ਦਾ ਕੀ ਰੀਜ਼ਨ ਹੈਗਾ ਹੈ ਤੇ ਕਿਸਾਨ ਯੂਨੀਅਨ ਦਾ ਕੀ ਰੀਜ਼ਨਿੰਗ ਹੈਗੀ ਆ? ਦੇਖੋ ਜੀ, ਜਿਹੜੀ ਮੰਡੀਆਂ ਦੀ ਗੱਲ ਕਰੀਏ ਜਿਹੜੇ ਆੜ੍ਹਤੀਏ ਆ ਉਹਨਾਂ ਨੇ ਤਾਂ ਉਹੀ ਰੇਟ ਲਾਉਣਾ ਜਿਹੜਾ ਸਰਕਾਰ ਵੱਲੋਂ ਤੈਅ ਹੋ ਕੇ ਰੇਟ ਜਿਹੜਾ ਆ ਉਹ ਆਉਂਦਾ ਆ, ਜਾਂ ਜਿਹੜੀਆਂ ਏਜੰਸੀਆਂ ਅੱਗੇ ਜਿਹੜਾ ਕਿਸਾਨਾਂ ਦਾ ਜਿਹੜਾ ਅਨਾਜ ਆ ਉਹ ਖਰੀਦਦੀਆਂ ਨੇ ਉਹ ਕਿਹੜੇ ਹਿਸਾਬ ਨਾਲ ਖਰੀਦਦੀਆਂ ਨੇ, ਉਹਦੀ ਕੁਆਲਿਟੀ ਚੈੱਕ ਕਰਕੇ ਖਰੀਦਦੀਆਂ ਨੇ, ਉਸ ਹਿਸਾਬ ਦੇ ਨਾਲ ਉਹ ਏਜੰਸੀਆਂ ਜਿਹੜੀਆਂ ਆਪਣੀ ਮਨਮਰਜ਼ੀ ਕਰਦੀਆਂ ਨੇ। ਹੁਣ ਜਿਵੇਂ ਸਰਕਾਰ ਨੇ ਕੱਲ ਦਾ ਝੋਨੇ ਦਾ ਰੇਟ ਜਿਹੜਾ ਸਿਰਫ 65 ਰੁਪਏ 65 ਰੁਪਏ ਜਿਹੜਾ ਆ ਉਹ ਵਧਾਇਆ ਆ, ਤੇ ਇੰਨੇ ਦੇ ਨਾਲ ਕਿਸਾਨਾਂ ਨੂੰ ਜਿਹੜਾ ਆ ਉਹ ਫਰਕ ਪੈਣ ਵਾਲਾ ਨਹੀਂ ਗਾ। ਉਹ ਚਾਹੁੰਦੇ ਆ, ਕਿਸਾਨ ਚਾਹੁੰਦੇ ਆ ਕਿ ਸਾਡੀਆਂ ਜਿਨਸਾਂ ਦਾ ਭਾਅ ਜਿਹੜਾ ਆ ਉਹ ਵਧਾਇਆ ਜਾਵੇ, ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਲਗਾਤਾਰ ਸੀਮਿੰਟ ਦਾ ਰੇਟ ਵਧਿਆ ਆ, ਹੋਰ ਚੀਜ਼ਾਂ ਦਾ ਰੇਟ ਵਧਿਆ ਆ, ਲੋਹੇ ਦਾ ਰੇਟ ਵਧਿਆ, ਪਰ ਕਿਸਾਨਾਂ ਦੀ ਫਸਲ ਦਾ ਰੇਟ ਜਿਹੜਾ ਆ ਉਹ ਬਿਲਕੁਲ ਘੱਟ ਵਧਿਆ ਆ। ਕਿਸਾਨ ਕਹਿੰਦੇ ਆ ਜੇਕਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਝੋਨਾ ਨਾ ਲਾਓ ਜਾਂ ਕਣਕ ਨਾ ਲਾਓ ਹੋਰ ਕੋਈ ਬੀਜੋ, ਹੁਣ ਗੰਨੇ ਦੀ ਗੱਲ ਕਰ ਲਈ ਜਾਵੇ ਜਿਹੜਾ ਸ਼ੂਗਰ ਕੇਨ ਆ ਉਹ ਕਿਸਾਨਾਂ ਨੇ ਜੇਕਰ ਬੀਜਿਆ ਤੇ ਅਜੇ ਤੱਕ ਕਿਸਾਨਾਂ ਨੂੰ ਮਿੱਲਾਂ ਦੇ ਕੋਲੋਂ ਪੈਸਾ ਹੀ ਨਹੀਂ ਮਿਲਿਆ। ਇਸ ਵਾਰ ਕਿਸਾਨਾਂ ਨੇ ਸ਼ੂਗਰ ਕੇਨ ਜਿਹੜਾ ਆ ਉਹ ਪੁੱਟ ਦਿੱਤਾ, ਸ਼ੂਗਰ ਕੇਨ ਨੂੰ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਆ, ਝੋਨਾ ਲਾਉਂਦੇ ਆ ਕਿਸਾਨ ਕਿਹਾ ਜਾਂਦਾ ਕਿਸਾਨਾਂ ਨੂੰ ਕਿ ਤੁਸੀਂ ਝੋਨਾ ਲਾਉਂਦੇ ਹੋ ਪਾਣੀ ਬਰਬਾਦ ਕਰਦੇ ਹੋ, ਕਹਿੰਦੇ ਅਸੀਂ ਕੀ ਕਰੀਏ ਝੋਨੇ ਤੋਂ ਸਾਨੂੰ ਥੋੜੇ ਬਹੁਤੇ ਪੈਸੇ ਜਿਹੜੇ ਆ ਉਹ ਬਚ ਜਾਂਦੇ ਆ। ਪਰ ਜੇਕਰ ਸ਼ੂਗਰ ਕੇਨ ਦੀ ਗੱਲ ਕਰੀਏ ਜਦੋਂ ਕਿਸਾਨ ਨੂੰ 3-3, 4-4 ਸਾਲ ਹੋ ਗਏ ਉਹ ਗੰਨਾ ਜਿਹੜਾ ਆ ਉਹ ਵੇਚੇ ਨੂੰ, ਪਰ ਅਜੇ ਤੱਕ ਮਿੱਲਾਂ ਨੇ ਉਹਨਾਂ ਨੂੰ ਜਿਹੜੀਆਂ ਸ਼ੂਗਰ ਮਿੱਲਾਂ ਆ ਉਹਨਾਂ ਨੇ ਅਜੇ ਤੱਕ ਉਹਨਾਂ ਨੂੰ ਪੈਸੇ ਨਹੀਂ ਦਿੱਤੇ। ਜੇਕਰ ਕਿਸਾਨ ਸਬਜ਼ੀ ਬੀਜਦਾ ਆ ਜਦੋਂ ਮੰਡੀ ਦੇ ਵਿੱਚ ਜਾ ਕੇ ਸਬਜ਼ੀ ਵੇਚਦਾ ਆ ਤਾਂ ਜਿਹੜੇ ਉੱਥੇ ਆੜ੍ਹਤੀ ਉਹ ਬਹੁਤ ਘੱਟ ਰੇਟ ਦੇ ਉੱਤੇ ਕਿਸਾਨ ਤੋਂ ਖਰੀਦ ਲੈਂਦੇ ਆ, ਪਰ ਜਦੋਂ ਮਾਰਕੀਟ ਦੇ ਵਿੱਚ ਜਾਂਦੀ ਆ ਘਰਾਂ ਤੱਕ ਪਹੁੰਚਦੀ ਆ ਸਬਜ਼ੀ, ਜਿਹੜੀ ਕਿਸਾਨ ਦੇ ਕੋਲੋਂ 5 ਰੁਪਏ ਦੀ ਖਰੀਦੀ ਹੁੰਦੀ ਆ ਉਹ ਘਰਾਂ ਦੇ ਵਿੱਚ 25 ਜਾਂ 30 ਜਾਂ 35 ਰੁਪਏ ਦੀ ਵਿਕਦੀ ਆ ਜਾ ਕੇ। ਸੋ ਇੱਥੇ ਕਿਸਾਨ ਜਿਹੜੇ ਆ ਉਹ ਕਹਿੰਦੇ ਆ ਕਿ ਇੱਕ ਸਿਸਟਮ ਸਰਕਾਰ ਬਣਾਵੇ ਜਿਹਦੇ ਤਹਿਤ ਕਿਸਾਨ ਜਿਹੜਾ ਆ ਉਹ ਆਪਣੀ ਜਿਹੜੀ ਜਿਣਸ ਆ ਉਹ ਆਪਣੇ ਖਰਚੇ ਦੇ ਹਿਸਾਬ ਦੇ ਨਾਲ ਉਹਦਾ ਮੁੱਲ ਤੈਅ ਕਰ ਸਕੇ ਕਿ ਆਹ ਚੀਜ਼ ਤੇ ਮੇਰਾ ਇੰਨਾ ਖਰਚਾ ਲੱਗਾ ਆ ਤੇ ਮੈਂ ਜੇ ਇੰਨੇ ਦੀ ਵੇਚੂਗਾ ਤੇ ਫਿਰ ਮੈਨੂੰ ਕੁਝ ਬਚਦਾ ਆ। ਪਰ ਅੱਗੇ ਜਦੋਂ ਉਹਦੀ ਚੀਜ਼ ਵਿਕਦੀ ਨਹੀਂ ਗੀ, ਜਾਣ ਬੁੱਝ ਕੇ ਸਾਰੇ ਰਲੇ ਹੋਏ ਆ, ਸਰਕਾਰਾਂ ਜਿਹੜੀਆਂ ਰਲੀਆਂ ਹੋਈਆਂ ਉਹ ਜਦੋਂ ਉਹਦੀ ਚੀਜ਼ ਖਰੀਦਦੀਆਂ ਉਹਨੂੰ ਮਜਬੂਰੀ ਵਸ ਜਦੋਂ ਉਹ ਖਰਾਬ ਹੋ ਰਹੀ ਹੈ ਉਹਦੇ ਕੋਲ ਪਈ, ਉਹਨੇ ਕਹਿਣਾ ਯਾਰ ਮੈਂ ਇੰਨੇ 'ਚ ਹੀ ਦੇ ਦੇਣਾ, ਜੇ ਮੈਨੂੰ ਨਹੀਂ ਬਚਦਾ ਚੱਲ ਜਿੰਨੇ ਮੇਰੇ ਪੈਸੇ ਲੱਗੇ ਆ ਥੋੜਾ ਬਹੁਤਾ ਤੇ ਮੈਨੂੰ ਬਚੇਗਾ। ਸੋ ਇਹ ਵੱਡੀ ਗੱਲ ਇਹ ਆ ਕਿ ਕਿਸਾਨ ਨੂੰ ਉੱਪਰ ਚੁੱਕਣ ਵਾਸਤੇ ਸਰਕਾਰਾਂ ਜਿਹੜੀਆਂ ਉਹ ਵੀ ਬਿਲਕੁਲ ਮਦਦ ਨਹੀਂ ਕਰ ਲਈਆਂ, ਸਾਰੇ ਰਲ ਕੇ ਕਿਸਾਨ ਨੂੰ ਲੁੱਟ ਰਹੇ ਆ, ਮਾਰ ਰਹੇ ਆ।
ਹਾਂਜੀ ਤੇ GST ਜਦੋਂ ਦਾ ਇੰਟਰੋਡਿਊਸ ਹੋਇਆ ਆ ਉਹਦਾ ਅਸਰ ਕਿੰਨਾ ਪਿਆ ਹੈਗਾ ਆ ਜਿਹੜੀ ਫਸਲ ਆ ਵਿਕਦੀ ਆ ਜਦੋਂ ਮੰਡੀਆਂ ਦੇ ਵਿੱਚ GST ਜਦੋਂ ਇੰਟਰੋਡਿਊਸ ਹੋਇਆ ਸੀ ਉਹਦੇ ਬਾਰੇ ਥੋੜਾ ਦੱਸੋ। ਦੇਖੋ ਜੀ GST ਜਦੋਂ ਦਾ ਲੱਗਾ ਆ ਉਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਫਰਕ ਪਿਆ। ਹੁਣ ਕਿਸਾਨ ਜਦੋਂ ਕੋਈ ਚੀਜ਼ ਉਹਨੇ ਖਾਦ ਲੈ ਕੇ ਆਉਣੀ ਆ ਖੇਤ ਨੂੰ ਪਾਉਣ ਵਾਸਤੇ ਉਹਦਾ ਵੀ ਰੇਟ ਵੱਧ ਗਿਆ ਆ, ਉਸ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਜਿਹੜੀਆਂ ਜ਼ਰੂਰਤ ਦੀਆਂ ਉਹਦਾ ਵੀ ਰੇਟ ਵੱਧ ਗਿਆ। ਜੇ ਕੋਈ ਉਸਨੇ ਕੋਈ ਟਰੈਕਟਰ ਲੈਣਾ ਹੈ ਜਾਂ ਕੋਈ ਹੋਰ ਚੀਜ਼ ਲੈਣੀ ਆ ਉਸ ਚੀਜ਼ ਦਾ ਜਿਹੜਾ ਆ ਉਹ ਵੀ ਰੇਟ ਦਾ ਜਿਹੜਾ ਆ ਉਹ ਫਰਕ ਪਿਆ ਆ। ਪਰ ਜਦੋਂ ਮੰਡੀਆਂ ਦੇ ਵਿੱਚ ਉਹ ਵੇਚਦੇ ਨੇ, ਜਦੋਂ ਮੰਡੀਆਂ ਦੇ ਵਿੱਚ ਵੇਚਦੇ ਨੇ ਉਦੋਂ ਕੀ ਪ੍ਰਾਈਸ 'ਚ ਫਰਕ ਪਿਆ ਹੈਗਾ ਆ? ਆਫਕੋਰਸ ਜਿਹੜੇ ਦੂਸਰੇ ਰਿਸੋਰਸਿਸ ਨੇ ਸਾਰਿਆਂ ਨੂੰ ਬਾਏ ਕਰਨ ਵਾਸਤੇ GST ਅਪਲਾਈ ਹੋਇਆ ਆ, ਲੇਕਿਨ ਜਦੋਂ ਵੇਚਣਾ ਹੁੰਦਾ ਉਹਨਾਂ ਨੂੰ ਇੱਕ ਪ੍ਰਾਈਸ 'ਤੇ ਉਦੋਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਨੁਕਸਾਨ ਹੁੰਦਾ ਆ। ਉਦੋਂ ਦੱਸੋ ਕਿ ਉਹਨੇ GST ਦੀ ਇੰਟਰੋਡਕਸ਼ਨ ਨੇ ਕਿੰਨਾ ਅਫੈਕਟ ਕੀਤਾ ਹੈਗਾ ਆ? ਦੇਖੋ ਜੀ ਕਿਸਾਨਾਂ ਦੇ ਵਾਸਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਸਰਕਾਰ ਨੇ ਜਿਹੜਾ ਭਾਅ ਇੱਕ ਮੁੱਲ ਜਿਹੜਾ ਆ ਉਹ ਤੈਅ ਕਰ ਦਿੱਤਾ ਜਾਂਦਾ ਆ ਕਿ ਆਹ ਜਿਹੜੀ ਫਸਲ ਆ ਇਹ ਇਸ ਰੇਟ ਦੇ ਉੱਤੇ ਵਿਕਣੀ ਆ। ਜਿੱਦਾਂ ਝੋਨੇ ਦਾ ਤੇ ਕਣਕ ਦਾ ਜਿਹੜਾ ਰੇਟ ਆ ਉਹ ਸਰਕਾਰ ਵੱਲੋਂ ਹੀ ਤੈਅ ਹੋ ਕੇ ਆਉਂਦਾ ਆ ਕਿ ਇਹ ਇੰਨੇ ਦੇ ਵਿੱਚ ਇਹ ਚੀਜ਼ ਜਿਹੜੀ ਆ ਵਿਕਣੀ ਆ, ਇਸ ਤੋਂ ਵੱਧ ਪੈਸੇ ਜਿਹੜੇ ਆ ਉਹ ਨਹੀਂ ਦਿੱਤੇ ਜਾ ਸਕਦੇ। ਸੋ ਇਸ ਕਰਕੇ ਕਿਸਾਨ ਦੀ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਕਿਸਾਨ ਨੂੰ ਜਿਹੜਾ ਆ ਉਹ ਸਰਕਾਰਾਂ ਤੇ ਜਿਹੜਾ ਵਪਾਰੀ ਵਰਗ ਆ ਉਹ ਰਲ ਕੇ ਲੁੱਟ ਰਿਹਾ ਆ, ਜਿਹੜਾ ਕਿ ਗਰਾਊਂਡ ਲੈਵਲ ਤੇ ਮਿਹਨਤ ਕਰਕੇ ਉਹ ਚੀਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦਾ ਆ, ਉਹ ਉਹ ਉਸਨੂੰ ਜਿਹੜਾ ਆ ਉਹ ਲੁੱਟਣ ਦਾ ਕੋਈ ਨਾ ਕੋਈ ਢੰਗ ਤਰੀਕਾ ਵਰਤਿਆ ਜਾਂਦਾ ਆ, ਪਰ ਉਸਦੀ ਚੀਜ਼ ਜਿਹੜੀ ਆ ਉਸਨੂੰ ਇਹ ਨਹੀਂ ਹੈਗਾ ਕਿ ਜੇਕਰ ਕੋਈ ਵਿਅਕਤੀ ਕੋਈ ਚੀਜ਼ ਵੇਚਦਾ, ਕੋਈ ਦੁਕਾਨਦਾਰ ਚੀਜ਼ ਵੇਚਦਾ ਆ, ਉਹ ਕਹਿੰਦਾ ਆ ਕਿ ਹੁਣ ਆਹ ਜਿਹੜੀ ਚੀਜ਼ ਆ ਇਸ ਰੇਟ ਦੀ ਆ, ਤੁਸੀਂ ਗੱਲ ਕਰ ਲਓ ਕਿ ਜੇਕਰ ਅਸੀਂ ਕੋਈ ਕੋਲਡ ਡਰਿੰਕ ਦੀ ਬੋਤਲ ਹੀ ਲੈਣੀ ਆ ਉਸਦਾ ਇੱਕ ਰੇਟ ਤੈਅ ਆ ਕਿ ਇੰਨੇ ਦੀ ਆ, ਉਸ ਤੋਂ ਤੁਹਾਨੂੰ ਘੱਟ ਤੇ ਉਹ ਨਹੀਂ ਮਿਲਣੀ। ਪਰ ਕਿਸਾਨ ਦੀ ਮਜਬੂਰੀ ਆ ਕਿ ਉਸ ਨੂੰ ਮਜਬੂਰੀ ਵੱਸ ਜਦੋਂ ਉਹਦੀ ਚੀਜ਼ ਨਹੀਂ ਵਿਕਦੀ ਜਾਂ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਝੋਨਾ ਲੈ ਕੇ ਆਏ ਹੋ ਇਸ ਦੇ ਵਿੱਚ ਨਮੀ ਜ਼ਿਆਦਾ ਆ, ਮੋਇਸਚਰ ਇਸ ਦੇ ਵਿੱਚ ਜ਼ਿਆਦਾ ਆ, ਇਹ ਤੁਹਾਡੀ ਨਹੀਂ ਵਿਕ ਰਹੀ, ਫਿਰ ਉਹਨੂੰ ਘੱਟ ਰੇਟ ਦੇ ਉੱਤੇ ਵੀ ਵੇਚਣੀ ਪੈਂਦੀ ਆ। ਹਰਿੰਦਰ ਜੀ ਗੱਲ ਕਰੀਏ, ਜਿਵੇਂ ਤੁਸੀਂ ਕਾਫੀ ਸਾਰੇ ਪਰਿਵਾਰਾਂ ਨੂੰ ਵੀ ਮਿਲੇ ਆ ਜਿਹੜੇ ਕਿ ਜਿਹੜੇ ਕਿਸਾਨ ਵੀਰ ਜਿਹਨਾਂ ਚੋਂ ਕਈ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਖੁਦਕੁਸ਼ੀ ਕਰ ਲਈ ਜਾਂ ਜਿਹੜੇ ਕਿਸਾਨ ਮੰਦਹਾਲੀ ਚੋਂ ਗੁਜ਼ਰ ਰਹੇ ਆ, ਸੋ ਉਹਨਾਂ ਪਰਿਵਾਰਾਂ ਨੂੰ ਤੁਸੀਂ ਮਿਲੇ ਆ। ਸਿੱਖ ਚੈਨਲ ਏਡ ਨੇ ਜਿਹੜਾ ਉਪਰਾਲਾ ਸ਼ੁਰੂ ਕੀਤਾ ਇਹਨਾਂ ਕਿਸਾਨਾਂ ਦੀ ਮਦਦ ਕਰਨ ਦਾ, ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਜੇ ਅਸੀਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਹੈਗਾ ਇਹਦੇ ਨਾਲ ਕੁਛ ਫਰਕ ਪਵੇਗਾ? ਕਿਉਂਕਿ ਸਰਕਾਰਾਂ ਤੋਂ ਤਾਂ ਅਸੀਂ ਕੋਈ ਉਮੀਦ ਨਹੀਂ ਲਾ ਸਕਦੇ ਕਿ ਜਿਹੜਾ ਇਹਨਾਂ ਦਾ ਸਿਸਟਮ ਹੈਗਾ, ਭਾਵੇਂ ਤਾਂ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨ ਜਿੰਨਾ ਮਰਜ਼ੀ ਧਰਨੇ ਲਾ ਲੈਣ, ਉਹਨਾਂ ਦੀ ਸੁਣਵਾਈ ਹਜੇ ਤੱਕ ਨਹੀਂ ਹੋਈ, ਕਿੰਨੇ ਸਾਲ ਹੋ ਗਏ ਆ, ਸੋ ਅੱਗੇ ਸੁਣਵਾਈ ਹੋਵੇਗੀ, ਇਹਦੀ ਉਮੀਦ ਦੇ ਵਿੱਚ ਅਸੀਂ ਬੈਠੇ ਰਹੀਏ ਉਹਦਾ ਕੋਈ ਫਾਇਦਾ ਨਹੀਂ ਗਾ। ਸੋ ਜੇ ਅਸੀਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈਗਾ, ਸੋ ਇਹਦਾ ਇਸ ਉਪਰਾਲੇ ਦਾ ਸਾਨੂੰ ਕਿੰਨਾ ਕੁ ਫਰਕ ਪੈ ਸਕਦਾ? ਦੇਖੋ ਭੈਣ ਜੀ ਗੱਲ ਇਹ ਆ ਕਿ ਬੂੰਦ ਬੂੰਦ ਦੇ ਨਾਲ ਸਾਗਰ ਜਿਹੜਾ ਆ ਉਹ ਭਰ ਜਿਹੜਾ ਘੜਾ ਆ ਉਹ ਭਰਦਾ ਆ, ਤੇ ਗੱਲ ਇਹ ਆ ਜੀ ਸਿੱਖ ਚੈਨਲ ਏਡ ਦੇ ਵੱਲੋਂ ਇਹ ਜੋ ਕੁਝ ਵੀ ਕੀਤਾ ਗਿਆ ਆ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਆ, ਤੇ ਇਸ ਦਾ ਅਸਰ ਜਿਹੜਾ ਜ਼ਰੂਰ ਪੈ ਰਿਹਾ ਆ। ਜਿਵੇਂ ਹੁਣ ਅਸੀਂ ਪਹਿਲਾਂ ਜਰਨੈਲ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ, ਉਹਨਾਂ ਦੀ ਮਦਦ ਕੀਤੀ, ਉਹਨਾਂ ਦੇ ਬੇਟੀ ਜਿਹੜੀ ਆ ਉਹ ਇਸ ਵੇਲੇ IELTS ਕਰ ਰਹੀ ਆ, ਕੱਲ ਨੂੰ ਰੱਬ ਕਰੇ ਕਿ ਉਹ ਚੰਗੇ ਉਹਦੇ ਨੰਬਰ ਆ ਜਾਣ ਤੇ ਉਹ ਵਿਦੇਸ਼ ਚਲੀ ਜਾਂਦੀ ਆ, ਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਆ ਇਸੇ ਸਿੱਖ ਚੈਨਲ ਏਡ ਦੀ ਮਦਦ ਦੇ ਨਾਲ ਹੀ ਜਿਹੜੀ ਨੁਹਾਰ ਆ ਉਹ ਬਦਲ ਸਕਦੀ ਆ, ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਸੁੱਖ ਦੀ ਰੋਟੀ ਖਾ ਸਕਦਾ, ਕੁੜੀ ਦਾ ਜਿਹੜਾ ਵਿਆਹ ਆ ਉਹ ਕਿਤੇ ਚੰਗੀ ਜਗ੍ਹਾ ਦੇ ਉੱਤੇ ਹੋ ਸਕਦਾ ਆ। ਪਰ ਜੇਕਰ ਅਸੀਂ ਕਹੀਏ ਕਿ ਕਿਸੇ ਦੀ ਬਾਂਹ ਹੀ ਨਹੀਂ ਫੜਨੀ ਜਾਂ ਕੋਈ ਮਦਦ ਨਹੀਂ ਕਰਨੀ ਤਾਂ ਉਸ ਦੇ ਨਾਲ ਹੱਲ ਜਿਹੜਾ ਆ ਉਹ ਨਹੀਂ ਹੋਣਾ। ਪਰਿਵਾਰ ਦਾ ਇੱਕ ਮੈਂਬਰ ਜਦੋਂ ਚਲਾ ਗਿਆ ਆ ਤਾਂ ਦੂਸਰੇ ਮੈਂਬਰ ਜਿਹੜੇ ਆ ਉਹਨਾਂ ਨੂੰ ਹੁੰਦਾ ਸਾਡੀ ਕੋਈ ਨਾ ਕੋਈ ਥੋੜੀ ਬਹੁਤੀ ਮਦਦ ਕਰਦੇ, ਤੇ ਕੁਝ ਅਸੀਂ ਆਪ ਜਿਹੜਾ ਆ ਆਪਣੇ ਵੱਲੋਂ ਹੰਬਲਾ ਮਾਰੀਏ ਤਾਂ ਅਸੀਂ ਇਸ ਜਲਣ ਦੇ ਵਿੱਚੋਂ ਨਿਕਲ ਸਕੀਏ। ਸੋ ਅਸੀਂ ਇਹੀ ਮਦਦ ਕਰ ਰਹੇ ਹਾਂ ਸਿੱਖ ਚੈਨਲ ਏਡ ਦੇ ਜ਼ਰੀਏ ਕਿ ਤਾਂ ਹੀ ਕਿਸਾਨ ਯੂਨੀਅਨ ਦੇ ਜਿਹੜੇ ਸਾਡੇ ਨਾਲ ਕੁਝ ਕਿਸਾਨ ਨੇ ਉਹ ਵੀ ਇਸ ਚੀਜ਼ ਦਾ ਜਿਹੜਾ ਆ ਬੜਾ ਧੰਨਵਾਦ ਕਰ ਰਹੇ ਆ ਕਿ ਸਿੱਖ ਚੈਨਲ ਦੇ ਵੱਲੋਂ ਇਹ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ ਆ, ਕਿਉਂਕਿ ਕਹਿੰਦੇ ਆ ਕਿ ਕਿਤੇ ਜੰਗਲ ਨੂੰ ਅੱਗ ਲੱਗ ਗਈ ਸੀ ਤੇ ਇੱਕ ਚਿੜੀ ਜਿਹੜੀ ਆ ਚੁੰਝ ਦੇ ਵਿੱਚ ਪਾਣੀ ਜਿਹੜਾ ਵਾ ਉਹ ਭਰ ਕੇ ਲੈ ਕੇ ਜਾਂਦੀ ਸੀ ਤੇ ਉੱਥੇ ਪਾਉਂਦੀ ਸੀ, ਤੇ ਕਿਸੇ ਨੇ ਉਹਨੂੰ ਕਿਹਾ ਕਿ ਤੇਰੇ ਇੰਨੇ ਕੁ ਨਾਲ ਕੀ ਫਰਕ ਪੈਣਾ, ਉਹਨੇ ਕਿਹਾ ਵੀ ਫਰਕ ਪੈਣਾ ਜਾਂ ਨਹੀਂ ਪੈਣਾ ਪਰ ਮੇਰਾ ਨਾਮ ਉਹਨਾਂ ਦੇ ਵਿੱਚ ਆਏਗਾ ਕਿ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਸੀ। ਸੋ ਸਿੱਖ ਚੈਨਲ ਏਡ ਦੇ ਵੱਲੋਂ ਵੀ ਇਹ ਜਿਹੜੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਘਰਾਂ ਦੇ ਵਿੱਚ ਇੱਕ
ਕਰਜ਼ੇ ਦੀ ਅੱਗ ਜਿਹੜੀ ਆ ਉਸ ਨੂੰ ਬੁਝਾਉਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ, ਸੰਗਤਾਂ ਦੇ ਸਹਿਯੋਗ ਨਾਲ ਪਾ ਰਹੇ ਹਾਂ ਤੇ ਆਉਂਦੇ ਸਮੇਂ 'ਚ ਵੀ ਪਾਉਂਦੇ ਰਹਾਂਗੇ। ਸੋ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਬਹੁਤ ਜਿਹੜੀ ਜਿਹਨਾਂ ਜਿਹਨਾਂ ਪਰਿਵਾਰਾਂ ਦਾ ਸਾਨੂੰ ਪਤਾ ਲੱਗ ਰਿਹਾ ਉਹਨਾਂ ਤੱਕ ਪਹੁੰਚ ਰਿਹਾ, ਉਹਨਾਂ ਨੂੰ ਕੁਝ ਨਾ ਕੁਝ ਰਾਹਤ ਜਿਹੜੀ ਆ ਉਹ ਮਿਲ ਰਹੀ ਹੈ, ਉਹਨਾਂ ਦੀ ਥੋੜੀ ਟੈਨਸ਼ਨ ਜ਼ਰੂਰ ਘੱਟ ਰਹੀ ਹੈ। ਜੇ ਗੱਲ ਕਰੀਏ ਹਰਿੰਦਰ, ਤੁਸੀਂ ਵੀ ਜਿਵੇਂ ਆਪਾਂ ਮਦਦ ਤਾਂ ਆਲਰੇਡੀ ਕਰ ਹੀ ਰਹੇ ਹਾਂ, ਨਾਲ ਸਾਡਾ ਇਹ ਵੀ ਮਕਸਦ ਹੈਗਾ ਕਿ ਉਹਨਾਂ ਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇ, ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਸੋ ਤੁਸੀਂ ਅਜਿਹੇ ਜਿਹੜੇ ਕਿਸਾਨ ਵੀਰ ਉਹਨਾਂ ਨੂੰ ਵੀ ਮਿਲੇ ਸੀ ਜਿਹੜੇ ਕਿ ਘੱਟ ਜ਼ਮੀਨ ਦੇ ਵਿੱਚ ਬਾਕੀ ਜਿੱਦਾਂ ਸਬਜ਼ੀਆਂ ਬੀਜ ਕੇ ਜਾਂ ਫਲ ਫਰੂਟ ਬੀਜ ਕੇ ਉਹ ਜਿਹੜੀ ਉਹਨਾਂ ਦੀ ਆਮਦਨ ਹੈਗੀ ਉਹ ਵਧਾ ਰਹੇ ਆ ਘੱਟ ਖਰਚੇ ਦੇ ਵਿੱਚ। ਸੋ ਉਹਦੇ ਬਾਰੇ ਵੀ ਦੱਸੋ, ਕਿਉਂਕਿ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਸਿਰਫ ਜਿਹੜੇ ਪਰਿਵਾਰ ਇਸ ਮੰਦਹਾਲੀ ਚੋਂ ਲੰਘ ਰਹੇ ਆ ਉਹਨਾਂ ਦੀ ਮਦਦ ਕਰਨਾ, ਬਲਕਿ ਇਹਨੂੰ ਅਵੇਅਰਨੈਸ ਲੈ ਕੇ ਆਉਣੀ, ਉਹਨਾਂ ਨੂੰ ਜਾਣਕਾਰੀ ਦੇਣੀ ਕਿ ਕਿਵੇਂ ਅਸੀਂ ਇਹਨਾਂ ਨੂੰ ਇਸ ਪ੍ਰੋਬਲਮ ਦੇ ਵਿੱਚੋਂ ਕੱਢ ਸਕਦੇ ਹਾਂ। ਕਿਉਂਕਿ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੀ, ਤਾਂ ਚਾਹੇ ਜਿਹੜੇ ਘੱਟ ਜ਼ਮੀਨ ਵਾਲੇ ਕਿਸਾਨ ਹੈਗੇ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਸਰਕਾਰਾਂ ਨੂੰ ਅਸੀਂ ਵਾਰ ਵਾਰ ਇਹ ਦੋਸ਼ ਲਾ ਰਹੇ ਸਰਕਾਰ ਕੁਛ ਕਰ ਨਹੀਂ ਰਹੀ, ਸਰਕਾਰ ਕੁਛ ਕਰ ਨਹੀਂ ਰਹੀ, ਸਰਕਾਰ ਤੇ ਤਾਂ ਅਸੀਂ ਉਮੀਦ ਇੱਦਾਂ ਸੋਚ ਲਓ ਕਿ ਅਸੀਂ ਐਕਸਪੈਕਟ ਹੀ ਨਾ ਕਰੀਏ ਸਰਕਾਰ ਤੋਂ ਕਿ ਉਹ ਕੁਛ ਕਰੇਗੀ, ਹਨਾ। ਭਾਵੇਂ ਉਹ ਕਰ ਵੀ ਰਹੀ ਆ, ਭਾਵੇਂ ਉਹ ਕਰੇ ਵੀ ਫਿਊਚਰ ਦੇ ਵਿੱਚ, ਪਰ ਅਸੀਂ ਐਕਸਪੈਕਟ ਨਾ ਕਰੀਏ, ਅਸੀਂ ਇਹ ਸੋਚੀਏ ਕਿ ਜੇ ਅਸੀਂ ਕੁਛ ਕਰ ਸਕਦੇ ਹਾਂ, ਅਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਦੇ ਹਾਂ, ਅਸੀਂ ਕੋਈ ਵਿੱਚ ਆਪਦਾ ਯੋਗਦਾਨ ਪਾ ਸਕਦੇ। ਤੁਸੀਂ ਬਹੁਤ ਸੋਹਣੀ ਗੱਲ ਕਹੀ ਆ। ਸੋ ਉਸ ਪਰਿਵਾਰ ਉਸ ਕਿਸਾਨ ਬਾਰੇ ਵੀ ਥੋੜ੍ਹਾ ਦੱਸੋ ਜਿਨ੍ਹਾਂ ਦੇ ਤੁਸੀਂ ਜਾ ਕੇ ਆਏ ਆ, ਤੁਸੀਂ ਉਸ ਪਰ ਉੱਥੇ ਤੁਸੀਂ ਰਿਕਾਰਡਿੰਗ ਵੀ ਕੀਤੀ ਹੈਗੀ ਆ, ਉਹਨਾਂ ਨੇ ਸਬਜ਼ੀਆਂ ਬੀਜੀਆਂ ਹੈਗੀਆਂ, ਫਲ ਫਰੂਟ ਬੀਜੇ ਹੈਗੇ ਆ, ਉਹ ਉਹਨਾਂ ਦੇ ਕਿਸਾਨ ਉਸ ਕਿਸਾਨ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ। ਬਿਲਕੁਲ ਜੀ, ਮੈਂ ਦੱਸਣਾ ਚਾਹੂੰਗਾ ਕਿ ਉਹ ਕਿਸਾਨ ਜਿਹੜਾ ਆਇਆ ਉਸਨੇ ਡੇਢ ਕਿੱਲਾ ਜ਼ਮੀਨ ਹੈ ਜਿਹੜੀ, ਡੇਢ ਏਕੜ ਦੇ ਵਿੱਚ ਉਸਨੇ ਖੇਤੀ ਜਿਹੜੀ ਆ ਕੀਤੀ ਹੋਈ ਆ। ਖੇਤੀ ਮੈਂ ਚਾਹੂੰਗਾ ਕਿ ਉਹ ਕੁਝ ਦਿਨਾਂ ਤੱਕ ਤੁਸੀਂ ਉਹਦੇ ਉੱਤੇ ਵੀ ਇੱਕ ਸ਼ੋਅ ਕਰਿਓ ਕਿ ਉਹ ਕਿਸ ਤਰੀਕੇ ਨਾਲ ਪੂਰੀ ਰਿਪੋਰਟ ਦਿਖਾਇਓ ਕਿ ਕਿਵੇਂ ਉਸਨੇ ਡੇਢ ਏਕੜ ਦੇ ਵਿੱਚ ਸਬਜ਼ੀ ਬੀਜੀ ਆ, ਤੇ ਉਹ ਵੀ ਉਹਨੇ ਉਹਨਾਂ ਦੇ ਉੱਤੇ ਕੋਈ ਵੀ ਜ਼ਹਿਰੀਲੀ ਸਪਰੇਅ ਨਹੀਂ ਕਰਦਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਕਿਸੇ ਫਸਲ ਦੇ ਉੱਤੇ ਸਪਰੇਅ ਕਰਦੇ ਉਹਦਾ ਖਰਚਾ ਆਉਂਦਾ ਆ ਜਾਂ ਖਾਦ ਦਾ ਖਰਚਾ ਆਉਂਦਾ ਆ। ਉਹ ਜਿਹੜੇ ਉਹਨੇ ਮੱਝਾਂ ਰੱਖੀਆਂ ਹੋਈਆਂ ਨੇ ਉਹਨਾਂ ਦੀ ਹੀ ਗੋਹੇ ਦੀ ਜਿਹੜੀ ਰੂੜੀ ਆ ਉਸਨੂੰ ਹੀ ਖਾਦ ਦੇ ਤੌਰ ਦੇ ਉੱਤੇ ਉਹ ਇਸਤੇਮਾਲ ਕਰਦਾ। ਉਹਨਾਂ ਨੇ ਉਸ ਦੇ ਵਿੱਚ ਗੰਡੋਏ ਜਿਹੜੇ ਲਿਆ ਕੇ ਆ ਉਸ ਗੋਬਰ ਦੇ ਵਿੱਚ ਛੱਡ ਦਿੱਤੇ ਜਾਂਦੇ ਆ, ਤੇ ਉਹ ਗੰਡੋਏ ਜਿਹੜੇ ਆ ਉਹ ਉਸਨੂੰ ਖਾਂਦੇ ਆ, ਤਾਂ ਉਹਦੀ ਖਾਦ ਜਿਹੜੀ ਆ ਉਹ ਬਣਦੀ ਆ। ਉਹੀ ਖਾਦ ਉਹਦੇ ਵਿੱਚ ਇਸਤੇਮਾਲ ਕਰਦਾ ਆ, ਤੇ ਸਬਜ਼ੀ ਜਿਹੜੀ ਆ ਉਸਦੇ ਉੱਤੇ ਉਹ ਸਪਰੇਅ ਕੋਈ ਨਹੀਂ ਕਰਦੇ। ਜੇਕਰ ਫਿਰ ਵੀ ਕੋਈ ਸੁੰਡੀ ਜਾਂ ਕੋਈ ਹੋਰ ਚੀਜ਼ ਉਸਨੂੰ ਲੱਗਦੀ ਆ ਤਾਂ ਉਹ ਲਾਲ ਮਿਰਚਾਂ ਲੈ ਕੇ ਤੇ ਨਿੰਮ ਜਿਹੜੀ ਹੁੰਦੀ ਆ ਕੌੜੀ ਹੁੰਦੀ ਆ ਉਸ ਤੇ ਪੱਤੇ ਉਬਾਲ ਕੇ ਇੱਕ ਸਪਰੇਅ ਪੰਪ ਦੇ ਵਿੱਚ ਪਾ ਕੇ ਉਹਦੀ ਸਪਰੇਅ ਕਰਦੇ ਆ, ਤੇ ਉਹ ਕੌੜੇ ਸਪਰੇਅ ਉੱਤੇ ਕਰਨ ਦੇ ਨਾਲ ਕੋਈ ਵੀ ਜਿਹੜੀ ਸੁੰਡੀ ਆ ਜਾਂ ਕੋਈ ਹੋਰ ਚੀਜ਼ ਜਿਹੜੀ ਆ ਉਹਨਾਂ ਨੂੰ ਨਹੀਂ ਲੱਗਦੀ। ਉਹਨੇ ਡੇਢ ਏਕੜ ਦੇ ਵਿੱਚ ਫਲਾਂ ਵਾਲੇ ਬੂਟੇ ਲਾਏ ਆ ਜਿੱਥੇ ਬਹੁਤ ਵਧੀਆ ਅੰਬ ਤੇ ਹੋਰ ਵੀ ਅਮਰੂਦ, ਅਨਾਰ, ਆੜੂ ਤੇ ਆਲੂ ਬਖਾਰਾ ਇਹ ਜਿਹੜੇ ਉਹਨੇ ਬੂਟੇ ਫਲਾਂ ਦੇ ਲਾਏ ਹੋਏ ਆ। ਉਹਦੇ ਨਾਲ ਨਾਲ ਉਹਨੇ ਉਹਨਾਂ ਬੂਟਿਆਂ ਦੇ ਵਿੱਚ ਜਿਹੜੀ ਜਗ੍ਹਾ ਬਚਦੀ ਆ ਉਸ ਦੇ ਵਿੱਚ ਦਾਲਾਂ ਬੀਜੀਆਂ ਹੋਈਆਂ ਆ, ਦੋ ਤਿੰਨ ਤਰ੍ਹਾਂ ਦੀਆਂ ਦਾਲਾਂ ਜਿਹੜੀਆਂ ਹੈ ਉਹ ਬੀਜੀਆਂ ਹੋਈਆਂ ਆ। ਦਾਲਾਂ ਦੇ ਨਾਲ ਨਾਲ ਉਹਨਾਂ ਨੇ ਥੋੜੀ ਬਹੁਤ ਸ਼ਿਮਲਾ ਮਿਰਚ ਜਿਹੜੀ ਉਹਦੀਆਂ ਵੱਖ ਵੱਖ ਵਰਾਇਟੀਆਂ ਜਿਹੜੀਆਂ ਆ ਉਹ ਲਾਈਆਂ, ਕਰੇਲੇ ਲਾਏ, ਭਿੰਡੀਆਂ ਲਾਈਆਂ ਸਬਜ਼ੀ ਦੇ ਵਿੱਚ, ਟਿੰਡੇ ਲਾਏ ਆ, ਕੱਦੂ ਲਾਏ ਆ, ਇਸ ਤਰ੍ਹਾਂ ਉਹਨਾਂ ਨੇ ਕਾਫੀ ਕੁਝ ਜਿਹੜਾ ਇਸ ਤਰ੍ਹਾਂ ਦਾ ਲਾਇਆ। ਤੇ ਉਹਦੇ ਨਾਲ ਨਾਲ ਉਹਨਾਂ ਨੇ ਮਧੂ ਮੱਖੀਆਂ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਹੁੰਦੀਆਂ ਉਸ ਦੇ ਕਰੀਬ 30-40-50 ਡੱਬੇ ਜਿਹੜੇ ਆ ਉਹ ਰੱਖੇ ਹੋਏ ਆ ਵਿੱਚ, ਜਗ੍ਹਾ ਜਿਹੜੀ ਖਾਲੀ ਹੈ ਜਿੱਥੇ ਉੱਥੇ ਉਹਨਾਂ ਨੇ ਉਹ ਡੱਬੇ ਰੱਖੇ। ਉਹ ਕਹਿੰਦੇ ਮੈਂ 60-70 ਹਜ਼ਾਰ ਦਾ ਸਾਲ ਦਾ ਸ਼ਹਿਦ ਜਿਹੜਾ ਆ ਉਹ ਵੀ ਵੇਚ ਲੈਣਾ ਆ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਡੇਢ ਏਕੜ ਦੇ ਵਿੱਚ ਇਸ ਤਰੀਕੇ ਨਾਲ ਸਿਸਟਮ ਜਿਹੜਾ ਆ ਉਹ ਸੈੱਟ ਕੀਤਾ ਹੋਇਆ ਹੈ ਕਿ ਉੱਥੋਂ ਬਹੁਤ ਕੁਝ ਜਿਹੜਾ ਆ ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗਾ ਚੰਗਾ ਭਲਾ ਜਿਹੜਾ ਆ ਉਹ ਕਮਾ ਲੈਂਦੇ ਆ, ਤੇ ਉਹਦੇ ਵਾਸਤੇ ਉਹ ਸਬਜ਼ੀ ਵਾਸਤੇ ਉਹਨਾਂ ਦੇ ਪੱਕੇ ਜਿਹੜੇ ਗਾਹਕ ਆ ਉਹ ਵੀ ਲੱਗੇ ਹੋਏ ਆ, ਜਿਹਨਾਂ ਨੂੰ ਪਤਾ ਹੈ ਕਿ ਸਪਰੇਅ ਵਾਲੀ ਸਬਜ਼ੀ ਅਸੀਂ ਖਾਵਾਂਗੇ ਤੇ ਸਾਡੇ ਸਰੀਰ ਨੂੰ ਕੀ ਨੁਕਸਾਨ ਆ, ਸਾਡੇ ਬੱਚਿਆਂ ਨੂੰ ਕੀ ਨੁਕਸਾਨ ਆ। ਸੋ ਉੱਥੋਂ ਸਬਜ਼ੀ ਜਿਹੜੀ ਪੱਕੀ ਖਰੀਦ ਕੇ ਲੈ ਕੇ ਜਾਂਦੇ ਆ। ਸੋ ਇਸ ਤਰੀਕੇ ਨਾਲ ਉਹਨੇ ਬਹੁਤ ਅੱਛਾ ਸਿਸਟਮ ਜਿਹੜਾ ਡੇਢ ਕ ਕਿੱਲੇ ਦੇ ਵਿੱਚ ਹੀ ਕੀਤਾ ਹੋਇਆ ਹੈ। ਸੋ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਜੇ ਘੱਟ ਜ਼ਮੀਨ ਹੈਗੀ ਆ ਤਾਂ ਅਸੀਂ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਹੈਗਾ। ਸੋ ਕਈ ਵਾਰੀ ਅਸੀਂ ਗੱਲ ਕਰਦੇ ਸਾਨੂੰ ਕਰਜ਼ਾ ਲੈਣਾ ਪੈਂਦਾ। ਸੋ ਜਿਹੜਾ ਗੱਲ ਇਹ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਇਹ ਦੂਸਰੇ ਕਿਸਾਨ ਜਿਹੜੇ ਕਣਕ ਬੀਜ ਲੈਂਦੇ ਆ ਜਾਂ ਝੋਨਾ ਬੀਜ ਲੈਂਦੇ ਆ, ਬਸ ਦੋ ਫਸਲਾਂ ਤੋਂ ਇਲਾਵਾ ਹੋਰ ਕੁਛ ਨਹੀਂ ਬੀਜਦੇ ਜੀ। ਉਹ ਜਿੱਥੇ ਵਿੱਚ ਜਗ੍ਹਾ ਬਚਦੀ ਹੈ ਜਿੱਥੇ ਉਹਨਾਂ ਨੇ ਫਲਾਂ ਵਾਲੇ ਬੂਟੇ ਲਾਏ ਉਹਦੇ ਵਿੱਚ ਕਣਕ ਵੀ ਬੀਜ ਲੈਂਦੇ ਜਿਹੜੀ ਉਹਨਾਂ ਦੇ ਘਰ ਦੇ ਖਾਣ ਦੇ ਕੰਮ ਵੀ ਆ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਰਵਾਇਤੀ ਫਸਲਾਂ ਆ ਸਾਡੀਆਂ ਕਣਕ ਝੋਨਾ ਉਸ ਦੇ ਵਿੱਚੋਂ ਥੋੜਾ ਜਿਹਾ
ਬਾਹਰ ਨਿਕਲ ਕੇ ਜੇਕਰ ਕਿਸਾਨ ਆਉਂਦੇ ਆ ਤਾਂ ਘੱਟ ਜ਼ਮੀਨ ਦੇ ਉੱਤੇ ਵੀ ਸਬਜ਼ੀਆਂ ਲਾ ਕੇ ਗੁਜ਼ਾਰਾ ਹੋ ਸਕਦਾ ਹੈ, ਦਾਲਾਂ ਬੀਜ ਕੇ ਗੁਜ਼ਾਰਾ ਹੋ ਸਕਦਾ ਹੈ। ਜੀ ਹਰਿੰਦਰ, ਇੱਕ ਪਾਣੀ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ, ਦਿਨ ਪ੍ਰਤੀ ਦਿਨ ਆਪਾਂ ਨੂੰ ਜਿਹੜੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਜੇ ਅਸੀਂ ਝੋਨਾ ਹੀ ਲਾਉਂਦੇ ਰਹਾਂਗੇ ਤਾਂ ਪਾਣੀ ਦਿਨ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਹੇਠਾਂ ਵੱਲ ਜਾਏਗਾ ਅਤੇ ਨਾਲ ਹੀ ਪਾਣੀ ਜਿਹੜਾ ਜ਼ਹਿਰੀਲਾ ਵੀ ਹੋ ਰਿਹਾ। ਸੋ ਝੋਨਾ ਤੱਕ ਮੈਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੈਸੇ ਵੀ ਸਰਕਾਰ ਵੱਲੋਂ ਬੰਦ ਹੀ ਕਰ ਦੇਣਾ, ਕਿਉਂਕਿ ਹੌਲੀ ਹੌਲੀ ਉਹ ਘਟਾ ਹੀ ਰਹੇ ਆ ਕਿ ਝੋਨਾ ਘੱਟ ਬੀਜੋ ਅਤੇ ਹੋਰ ਫਸਲਾਂ ਜ਼ਿਆਦਾ ਬੀਜੋ। ਪਰ ਕੀ ਸਰਕਾਰ ਵੱਲੋਂ ਵੀ ਕੁਛ ਅਜਿਹਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਝੋਨੇ ਦੀ ਜਗ੍ਹਾ ਤੇ ਤੁਸੀਂ ਕੀ ਬੀਜ ਸਕਦੇ ਆ? ਦੇਖੋ ਜੀ, ਇਹ ਸਰਕਾਰ ਜਿਹੜੀ ਆ ਉਹ ਹਦਾਇਤਾਂ ਕਰਦੀ ਹੈ ਖੇਤੀਬਾੜੀ ਮਹਿਕਮੇ ਨੂੰ। ਖੇਤੀਬਾੜੀ ਮਹਿਕਮਾ ਜੇਕਰ ਸੁਹਿਰਦ ਹੋਵੇ ਤੇ ਉਹ ਕਿਸਾਨਾਂ ਨੂੰ ਦੱਸੇ ਕਿ ਕੀ ਤੁਸੀਂ ਬੀਜ ਸਕਦੇ ਹੋ ਜਿਹੜਾ ਕਿ ਘੱਟ ਪਾਣੀ ਜਿਹੜਾ ਆ ਉਹ ਲਵੇ, ਜਾਂ ਫਿਰ ਇੱਕ ਨਵਾਂ ਤਰੀਕਾ ਦੱਸਿਆ ਕਿ ਜੇਕਰ ਤੁਸੀਂ ਝੋਨਾ ਹੀ ਬੀਜਣਾ ਵਾ ਤੇ ਉਸਨੂੰ ਖੇਲਾਂ ਦੇ ਵਿੱਚ ਬੀਜਿਆ ਜਾਵੇ, ਜਿਵੇਂ ਸਬਜ਼ੀ ਲਗਾਈ ਜਾਂਦੀ ਆ ਖੇਲਾਂ ਬਣਾ ਕੇ, ਉੱਥੇ ਪਾਣੀ ਦੀ ਘੱਟ ਜ਼ਰੂਰਤ ਜਿਹੜੀ ਆ ਉਹ ਪੈਂਦੀ ਆ। ਸੋ ਇਸ ਤਰੀਕੇ ਨਾਲ ਨਵੇਂ ਢੰਗ ਤਰੀਕੇ ਜਿਹੜੇ ਆ ਉਹ ਕਿਸਾਨਾਂ ਨੂੰ ਦੱਸਣ ਦੀ ਜ਼ਰੂਰਤ ਜਿਹੜੀ ਹੈਗੀ ਆ। ਪਰ ਸਰਕਾਰ ਇਸ ਵੇਲੇ ਮੈਂ ਸਮਝਦਾ ਹਾਂ ਕਿ ਬਿਲਕੁਲ ਕੁਝ ਵੀ ਦੱਸ ਹੀ ਨਹੀਂ ਰਹੀ ਕਿਸਾਨਾਂ ਨੂੰ, ਨਾ ਕੋਈ ਕੈਂਪ ਲਗਾਇਆ ਜਾ ਰਿਹਾ ਆ, ਖੇਤੀਬਾੜੀ ਮੇਲੇ ਹੁੰਦੇ ਆ ਜਿਹੜਾ ਕਿਸਾਨਾਂ ਕੋਲ ਪਹੁੰਚਿਆ ਉਹ ਉੱਥੇ ਚਲੇ ਜਾਂਦੇ ਆ, ਉੱਥੋਂ ਜਾ ਕੇ ਬੀਜ ਵੀ ਲੈ ਆਉਂਦੇ ਆ ਚੰਗੇ ਤੇ ਹੋਰ ਵੀ ਕਈ ਗੱਲਾਂ ਸਿੱਖ ਆਉਂਦੇ ਆ। ਪਰ ਜਿਹੜੇ ਕਿਸਾਨ ਅਜਿਹੇ ਆ ਜਿਹੜੇ ਕਰਜ਼ੇ ਦੇ ਹੇਠਾਂ ਦੱਬੇ ਆ, ਜਿਹਨਾਂ ਦੇ ਕੋਲ ਆਪਣੀ ਹੋਰ ਕਿਸੇ ਰਿਸ਼ਤੇਦਾਰ ਦੇ ਕੋਲ ਜਾਣ ਦਾ ਕਿਰਾਇਆ ਨਹੀਂ ਹੈਗਾ, ਉਹ ਖੇਤੀਬਾੜੀ ਮੇਲਿਆਂ ਦੇ ਵਿੱਚ ਕਿੱਥੋਂ ਜਾਣ? ਅਜਿਹੇ ਕੈਂਪ ਜਿਹੜੇ ਆ ਉਹ ਪਿੰਡ ਪਿੰਡ ਦੇ ਵਿੱਚ ਚਾਹੇ ਛੋਟੀਆਂ ਟੀਮਾਂ ਭੇਜ ਕੇ ਹੀ, ਖੇਤੀਬਾੜੀ ਮਹਿਕਮਾ ਜਿਹੜਾ ਆ ਉਸ ਨੂੰ ਚਾਹੀਦਾ ਆ ਕਿ ਛੋਟੀਆਂ ਟੀਮਾਂ ਭੇਜ ਕੇ ਕਿਸਾਨਾਂ ਨੂੰ ਅਵੇਅਰ ਕਰਨ, ਖਾਸ ਤੌਰ ਦੇ ਉੱਤੇ ਜਿਹੜੇ 10 ਕਿੱਲੇ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਆ ਜਾਂ 5 ਕਿੱਲੇ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਆ, ਜ਼ਿਆਦਾਤਰ ਮੁਸ਼ਕਲ ਉਹਨਾਂ ਕਿਸਾਨਾਂ ਨੂੰ ਆ ਰਹੀ ਆ। ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਆ ਖੇਤੀਬਾੜੀ ਕਰ ਸਕਦੇ ਹੋ। ਠੀਕ ਹੈ ਹਰਿੰਦਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਂਝੀ ਕਰਾਂਗੇ। ਸੋ ਇੱਥੇ ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਿੰਦਰ ਸਿੰਘ ਨੇ ਕਾਫੀ ਵਿਸਾਰ ਦੇ ਨਾਲ ਜਿਹੜਾ ਦੱਸਿਆ ਹੈਗਾ, ਕਿਉਂਕਿ ਸਿੱਖ ਚੈਨਲ ਏਡ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਹੈ ਉਹਦੇ ਲਈ ਤੁਸੀਂ ਸਾਰੇ ਸਹਿਯੋਗ ਜ਼ਰੂਰ ਦਿਓ, ਸਪੋਰਟ ਜ਼ਰੂਰ ਕਰੋ, ਕਿਉਂਕਿ ਤੁਹਾਡੇ ਸਪੋਰਟ ਤੋਂ ਬਿਨਾਂ, ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਕੋਸ਼ਿਸ਼ ਇੱਕ ਜ਼ਰੂਰ ਕੀਤੀ ਹੈਗੀ ਆ ਉਹਨਾਂ ਕਿਸਾਨਾਂ ਦੀ ਬਾਂਹ ਫੜਨ ਦੀ, ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ, ਅਤੇ ਨਾਲ ਹੀ ਉਹਨਾਂ ਨੂੰ ਅਵੇਅਰਨੈਸ ਜਿਹੜੀ ਅਵੇਅਰ ਕਰਨ ਦੀ ਕਿ ਉਹ ਕੀ ਕੀ ਫਸਲਾਂ ਬੀਜਣ, ਕਿਹੜੀ ਕਿਹੜੀ ਉਹ ਸਕੀਮ ਬੈਂਕਾਂ ਦੀ ਲੈਣ 'ਤੇ, ਜਾਂ ਫਿਰ ਕੀ ਕਿਹੜੀ ਫਸਲ ਤੋਂ ਉਹਨਾਂ ਨੂੰ ਕਿੰਨਾ ਲਾਭ ਪ੍ਰਾਪਤ ਹੋ ਸਕਦਾ। ਸੋ ਇਹ ਸਾਰੇ ਪ੍ਰੋਗਰਾਮ ਅਸੀਂ ਜ਼ਰੂਰ ਸਿੱਖ ਚੈਨਲ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਵਾਂਗੇ, ਅਤੇ ਉੱਥੇ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੂੰ ਜ਼ਰੂਰ ਅਵੇਅਰ ਕਰਾਂਗੇ। ਪਰ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਕੁਝ ਵੀ ਪੋਸੀਬਲ ਨਹੀਂ ਹੈਗਾ। ਤੁਸੀਂ ਆਪਣਾ ਸਹਿਯੋਗ ਸਪੋਰਟ ਸਿੱਖ ਚੈਨਲ ਨੂੰ ਦਿੰਦੇ ਰਹੋ, ਸਿੱਖ ਚੈਨਲ ਏਡ ਨੂੰ ਤੁਸੀਂ ਸਪੋਰਟ ਕਰੋਗੇ, ਸਹਿਯੋਗ ਦਿਓਗੇ, ਤਾਂ ਹੀ ਸਾਡੀ ਜਿਹੜੀ ਟੀਮ ਹੈਗੀ ਆ ਇਹ ਸਾਰੇ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਸਕਦੀ ਆ। ਸੋ ਤੁਸੀਂ ਡਾਇਰੈਕਟ ਡੈਬਿਟ ਵੀ ਜ਼ਰੂਰ ਸੈਟਅਪ ਕਰਵਾਓ ਸਿੱਖ ਚੈਨਲ ਦੇ ਨਾਲ, ਕਿਉਂਕਿ ਜਿਵੇਂ ਹਰਿੰਦਰ ਨੇ ਦੱਸਿਆ ਕਿ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ। ਸੋ ਜੇ ਤੁਹਾਡਾ ਥੋੜ੍ਹਾ ਜਿਹਾ ਸਹਿਯੋਗ ਜਿੰਨਾ ਵੀ ਤੁਸੀਂ ਦਿੰਦੇ ਆ ਉਹਦੇ ਨਾਲ ਅਸੀਂ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਦੀ ਅਸੀਂ ਮਦਦ ਕਰਨੀ ਹੈਗੀ ਆ ਪੰਜਾਬ ਦੇ ਵਿੱਚ। ਸੋ ਜੇ ਅਸੀਂ ਇੱਥੇ UK ਦੀ ਧਰਤੀ 'ਤੇ ਬੈਠੇ ਹੈਗੇ ਹਾਂ, ਅਸੀਂ ਆਪਦਾ ਆਪਦੇ ਆਪ ਨੂੰ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਪਰਿਵਾਰਾਂ ਦੀ ਮਦਦ ਕਰੀਏ ਜਿੱਥੋਂ ਅਸੀਂ ਆਏ ਹੈਗੇ ਹਾਂ, ਸਾਡੀਆਂ ਰੂਟਸ ਹੈਗੀਆਂ ਪੰਜਾਬ ਦੇ ਵਿੱਚ, ਪੰਜਾਬ ਨੂੰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈਗੀ ਆ ਉਹਨਾਂ ਨੂੰ ਦੱਸੀਏ ਕਿ ਅਸੀਂ ਪੰਜਾਬ, ਸਾਡਾ ਪੰਜਾਬ ਕਿਵੇਂ ਦਾ ਹੈਗਾ, ਬਲਕਿ ਅਸੀਂ ਜਿਹੜੀਆਂ ਮੁਸ਼ਕਲਾਂ ਉਹ ਨਾ ਵਾਰ ਵਾਰ ਗੱਲ ਕਰੀਏ, ਅਸੀਂ ਗੱਲ ਕਰੀਏ ਜਿਹੜੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ। ਸੋ ਹੁਣ ਮੈਂ ਇੱਥੇ ਤੁਹਾਡੇ ਤੋਂ ਇਜਾਜ਼ਤ ਲਊਂਗੀ, ਕਿਉਂਕਿ ਸ਼ੋਅ ਦਾ ਜਿਹੜਾ ਸਮਾਂ ਹੈਗਾ ਕਾਫੀ ਹੋ ਗਿਆ ਹੈਗਾ, ਤੇ ਜ਼ਰੂਰ ਆਪਣਾ ਜਿਹੜਾ ਦਸਵੰਧ ਹੈਗਾ ਜ਼ਰੂਰ ਕੱਢਿਆ ਕਰੋ, ਸੇਵਾ ਜ਼ਰੂਰ ਦਿਓ, ਸਪੋਰਟ ਜ਼ਰੂਰ ਕਰੋ, ਕਿਉਂਕਿ ਤੁਹਾਡਾ ਦਿੱਤਾ ਹੋਇਆ ਦਸਵੰਧ ਜਿਹੜੇ ਸਾਰੇ ਇਹਨਾਂ ਪਰਿਵਾਰਾਂ ਦੀ, ਕਿਸਾਨ ਪਰਿਵਾਰਾਂ ਦੀ ਮਦਦ ਨੂੰ ਜਾਣਾ ਹੈਗਾ। ਸੋ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਾਫੀ ਸਾਰੇ ਪਰਿਵਾਰਾਂ ਦੀ ਅਸੀਂ ਮਦਦ ਕਰ ਸਕਦੇ ਹਾਂ, ਕਾਫੀ ਜਾਗਰੂਕਤਾ ਲੈ ਕੇ ਆ ਸਕਦੇ ਹਾਂ, ਕਾਫੀ ਯੂਨੀਵਰਸਿਟੀਆਂ ਦੇ ਨਾਲ ਗੱਲ ਕਰਕੇ, ਪ੍ਰੋਫੈਸਰਾਂ ਦੇ ਨਾਲ ਗੱਲ ਕਰਕੇ ਅਸੀਂ ਕੈਂਪ ਵੀ ਲਵਾ ਸਕਦੇ ਹਾਂ। ਸੋ ਇਹ ਸਾਰਾ ਕੁਝ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਸਹਿਯੋਗ ਦਿਓ। ਸੋ ਤੁਸੀਂ ਆਪਣਾ ਸਹਿਯੋਗ ਸਪੋਰਟ ਜ਼ਰੂਰ ਦਿੰਦੇ ਰਹੋ ਸਿੱਖ ਚੈਨਲ ਏਡ ਨੂੰ, ਸਿੱਖ ਚੈਨਲ ਨੂੰ। ਸੋ ਇੱਥੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸੋ ਲਾਈਵ ਪ੍ਰੋਗਰਾਮ ਕਰਦੇ ਹੋਏ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਨਾ। ਸੋ ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।